ਸੱਜਣੋ ਤੇ ਬੇਲੀਓ ਅਸਲਾਮ ਅਲੈਕਮ ਪੰਜਾਬੀ ਰਾਕਟ ਸਾਇੰਸ ਦੇ ਅਨੰਤ ਵਿਰਾਸ ਨਸ਼ਰੀਆਤ ਦੇ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਸਤਿ ਬਿਸਮਿਲ੍ਲਾ ਜੀ ਆਇਆਂ ਨੂੰ ਪਹਿਰ ਅਗਲੇ ਵੈਲਕਮ ਕਹਿਣਾ ਆ ਤੁਹਾਡੀ ਇਸ ਦੇਸੀਆਂ ਤੇ ਪਰਦੇਸੀਆਂ ਦੀ ਡੇਰੇਦਾਰੀ ਤੇ। ਦੋਸਤੋ ਪਾਕਿਸਤਾਨ ਪੀਪਲ ਪਾਰਟੀ ਦੀ ਤਾਰੀਖ ਬਹੁਤ ਡੂੰਘੀ ਹੈ। ਇਹ ਜੁਰਤ ਤਦੱਬਰ ਤੇ ਲੋਹਿਆ ਤਰੋੜ ਇਰਾਦਿਆਂ ਦੀ ਬੇਨਜ਼ੀਰ ਮਿਸਾਲ ਹੈ। ਇਹ ਪਾਰਟੀ ਹੈ ਜਿਹੜੀ ਰੋਟੀ ਕੱਪੜਾ ਤੇ ਮਕਾਨ ਦਾ ਨਾਰਾ ਇਸ ਅਵਾਮੀ ਪਾਰਟੀ ਦੇ ਇੱਕ ਜਿਆਲੇ ਤੇ ਤਰਨਾਟ ਸਿਆਸਤਦਾਨ ਅੱਜ ਤੁਹਾਡੇ ਦਰਮਿਆਨ ਮੌਜੂਦ ਨੇ। ਗੱਭਰੂ ਸ਼ੇਰ ਜਵਾਨ ਨੇ ਪੰਜਾਬ ਦੇ ਚੌਧਰੀ ਨਦੀਮ ਅਸਗਰ ਕਾਇਰਾ ਸਾਹਿਬ ਜਨਾਬ ਸਾਬਕ ਤਹਿਸੀਲ ਨਾਜ਼ਮ ਨੇ ਖਾਰੀਆਂ ਦੇ ਸਾਬਕ ਚੇਅਰਮੈਨ ਬਲਦੀਆ ਲਾਲਾ ਮੂਸਾ ਪਾਕਿਸਤਾਨ ਦੀ ਸਿਆਸਤ ਦੇ ਇੱਕ ਬਹੁਤ ਵੱਡੇ ਘਰਾਨੇ ਕਾਇਰਾ ਖਾਨਦਾਨ ਦੇ ਚਸ਼ਮੋ ਚਿਰਾਗ ਨੇ। ਅਸਲਾਮ ਅਲੈਕਮ ਕਾਇਰਾ ਸਾਹਿਬ, ਵੈਲਕਮ, ਸਤਿ ਬਿਸਮਿਲ੍ਲਾ ਜੀ ਆਇਆਂ ਤੇ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ। ਰਾਜ ਸਾਹਿਬ ਵਾਲੇਕੁਮ ਅਸਲਾਮ, ਬੜੀ ਮਿਹਰਬਾਨੀ ਤੁਹਾਡੀ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿਉਂਕਿ ਇਲੈਕਟ੍ਰੋਨਿਕ ਮੀਡੀਆ ਤੇ ਜਾਣ ਦਾ ਅਕਸਰ ਇਤਫਾਕ ਹੁੰਦਾ ਰਹਿੰਦਾ, ਲੇਕਿਨ ਜਿਹੜਾ ਅੱਜ ਮਜ਼ਾ ਆਉਣਾ ਉਹਦੀ ਬੁਨਿਆਦੀ ਵਜ੍ਹਾ ਇਹ ਕਿ ਮੇਰੀ ਮਾਦਰੀ ਜ਼ੁਬਾਨ ਦੇ ਵਿੱਚ ਤੁਸੀਂ ਇੰਟਰਵਿਊ ਪੇ ਕਰਦੇ ਹੋ ਔਰ ਮੈਂ ਇੱਕ ਕਮੀ ਮਹਿਸੂਸ ਕਰਨਾ ਹੁੰਦਾ ਕਿ ਅਸੀਂ ਸਾਰੇ ਹੁਣ ਉਰਦੂ ਜਾਂ ਅੰਗਰੇਜ਼ੀ ਜਾਂ ਦੂਸਰੀਆਂ ਜ਼ਬਾਨਾਂ ਦੇ ਉੱਤੇ ਤਵੱਜੋ ਤੇ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਆਪਣੀ ਮਾਦਰੀ ਜ਼ੁਬਾਨ ਅਸੀਂ ਖਤਮ ਕਰਦੇ ਜਾਂਦੇ ਹਾਂ। ਮੈਂ ਤੁਹਾਨੂੰ ਸਲਾਮ ਪੇਸ਼ ਕਰਨਾ, ਤੁਹਾਡੇ ਜਿਤਨੇ ਸਾਥੀ ਨੇ ਉਹਨਾਂ ਨੂੰ ਵੀ ਸਲਾਮ ਪੇਸ਼ ਕਰਨਾ ਕਿ ਜਿਨ੍ਹਾਂ ਨੇ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਕਮ ਸੇ ਕਮ ਜਿਹੜਾ ਇਹ ਜਿਹੜਾ ਸਾਡੇ ਖਿਆਲਾਤ ਦਾ ਇਜ਼ਹਾਰ ਕਰਨ ਦਾ ਮੌਕਾ ਦਿੱਤਾ, ਇਹ ਬੜੀ ਵੱਡੀ ਗੱਲ ਹੈ ਜੀ, ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਥੈਂਕ ਯੂ ਕਾਇਰਾ ਸਾਹਿਬ। ਇਹ ਦੱਸੋ ਕਿ ਪੰਜਾਬ ਤੇ ਗੁਜਰਾਤ ਦੇ ਵਿੱਚ ਵੱਡੇ ਵੱਡੇ ਜਿਹੜੇ ਸਿਆਸੀ ਘਰਾਣੇ ਨੇ ਉਹ ਪੀਪਲ ਪਾਰਟੀ ਨੂੰ ਛੱਡਦੇ ਜਾ ਰਹੇ ਨੇ, ਛੱਡ ਗਏ, ਕੀ ਵਜ੍ਹਾ? ਦੇਖੋ ਜਿਹੜੀ ਗੱਲ ਹੈ ਰਾਜਾ ਸਾਹਿਬ ਛੱਡਣ ਦੀ, ਇਹ ਤੇ ਫਿਰ ਤੁਹਾਨੂੰ ਪਤਾ ਹੈ ਕਿ 2001 ਦੇ ਵਿੱਚ ਜਦੋਂ ਇਲੈਕਸ਼ਨ ਹੋਏ ਨੇ, 2002 ਦੇ ਇਲੈਕਸ਼ਨ ਦੇ ਵਿੱਚ ਸਾਡੇ ਬਦਕਿਸਮਤੀ ਇਸ ਜ਼ਿਲ੍ਹਾ ਗੁਜਰਾਤ ਦਿਆਂ ਸਿਆਸੀ ਘਰਾਣਿਆਂ ਦੀ ਹੋਈ ਹੈ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਇਕਤਦਾਰ ਦੀ ਛੱਤੜੀ ਦੇ ਥੱਲੇ ਖੜਨਾ ਵਾਸਤੇ ਫਖਰ ਮਹਿਸੂਸ ਕੀਤਾ, ਜਿਨ੍ਹਾਂ ਦੀ 100-100, 150-150 ਸਾਲ 50-50 ਸਾਲ ਦੀ ਸਿਆਸਤ ਸੀ, ਲੇਕਿਨ ਉਹਨਾਂ ਮਫਾਦਾਤ ਦੀ ਸਿਆਸਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕੋਈ ਜਿੱਤੇ ਪੀਪਲਸ ਪਾਰਟੀ ਤੋਂ, ਉਹ ਵੀ ਕਾਫ ਦਾ ਹਿੱਸਾ ਬਣ ਗਏ, ਕੁਝ ਲੋਕ ਜਿਹੜੇ ਨੇ ਉਹ ਕਾਫ ਦਾ ਹਿੱਸਾ ਬਣ ਕੇ ਇਲੈਕਸ਼ਨ ਲੜਿਆ, ਤੇ ਉਹ ਮੈਂ ਸਮਝਦਾ ਕਿ ਅਲਹਮਦੁਲਿਲਾ ਤੁਸੀਂ ਦੇਖ ਲਓ 2002 ਦੇ ਵਿੱਚ ਚੌਰੀ ਪਰਵੇਜ਼ ਲਾਈ ਸਾਹਿਬ ਇੱਥੇ ਸਾਡੇ ਜ਼ਿਲ੍ਹੇ ਦੇ ਨੂੰ ਇਜਾਜ਼ ਹੈ ਕਿ ਉਹ ਵਜ਼ੀਰ ਆਲਾ ਬਣੇ, ਲੇਕਿਨ ਸਾਡੇ ਜ਼ਿਲ੍ਹੇ ਦਾ ਜਿਹੜਾ ਸਾਡਾ ਇੱਕ ਗਰੁੱਪ ਸੀ ਜਿਹੜਾ ਕਿ ਅਸੀਂ ਪੀਪਲਸ ਪਾਰਟੀ ਦੇ ਨਾਲ ਮੁਨਸਲਿਕ ਲੋਕ ਸੀ, ਸਿਆਸੀ ਘਰਾਣੇ ਜਿਹੜੇ ਪੀਪਲਸ ਪਾਰਟੀ ਨਾਲ ਆਏ, ਉਹਨਾਂ ਦਿਆਂ ਵੀ ਬਰਖੁਰਦਾਰਾਂ ਨੇ, ਭਾਈਆਂ ਨੇ, ਦੂਸਰਿਆਂ ਲੋਕਾਂ ਨੇ ਕਾਫ ਨੂੰ ਜੁਆਇਨ ਕਰਕੇ ਤੇ ਉਸ ਛੱਤੜੀ ਦੇ ਥੱਲੇ ਉਹਨਾਂ ਵੀ ਜਾਣਾ ਜਿਹੜਾ ਫਖਰ ਮਹਿਸੂਸ ਕੀਤਾ। ਲੇਕਿਨ ਮੈਂ ਉਸ ਵੇਲੇ ਵੀ 2002 ਦੇ ਵਿੱਚ ਵੀ ਅਸੀਂ ਵੀ ਕਿਉਂਕਿ ਮੁੰਤਖਬ ਹੋਏ ਸੀ, ਅੱਲਾ ਨੇ ਸਾਨੂੰ ਵੀ ਇੱਜ਼ਤ ਦਿੱਤੀ ਸੀ 2 ਸੀਟਾਂ ਦੇ ਉੱਤੇ, ਮੈਂ ਤਹਿਸੀਲ ਨਾਜ਼ਮ ਸੀ, ਤੋਕੀਰ ਅਕਰਮ ਸ਼ਹੀਦ ਜਿਹੜਾ ਉਹ ਯੂਨੀਅਨ ਨਾਜ਼ਮ ਸੀ, ਅਸੀਂ 4 ਸੀਟਾਂ ਦੇ ਉੱਤੇ ਐਟ ਅ ਟਾਈਮ ਸੀ ਉਸ ਟਾਈਮ, ਲੇਕਿਨ ਸਾਡੇ 'ਤੇ ਵੀ ਇਹ ਸਾਰੀਆਂ ਚੀਜ਼ਾਂ ਸੀ, ਸਾਨੂੰ ਵੀ ਸਾਰੀਆਂ ਆਫਰਾਂ ਸੀ, ਬਲਕਿ ਬਿਹਤਰ ਆਫਰਾਂ ਸੀ। ਲੇਕਿਨ ਗੱਲ ਇਹ ਉਸ ਵੇਲੇ ਵੀ ਲੋਕ ਕਹਿੰਦੇ ਸੀ ਉਹ ਇਕਤਦਾਰ ਦਾ ਸੂਰਜ ਕਦੇ ਗਰੂਬ ਨਹੀਂ ਹੋਣਾ, ਉਹ ਤੁਸੀਂ ਬੜੇ ਬੇਵਕੂਫ ਹੋ, ਝੱਲੇ ਹੋ, ਉਹ ਝੱਲਾ ਪਾਨੇ ਤੁਹਾਡਾ ਜਿਹੜਾ ਤੁਸੀਂ ਇਕਤਦਾਰ ਦੇ ਨਾਲ ਨਹੀਂ ਹੋ ਪੇ ਟੁਰਦੇ। ਤੇ ਫਿਰ ਤੁਸੀਂ ਵੇਖੋ ਖੁਦਾ ਦੀ ਕੁਦਰਤ ਕਿ ਉਹ 2008 'ਚ ਇਕਤਦਾਰ ਮੁੱਕਿਆ ਤੇ ਉਹ ਇਕਤਦਾਰ ਦਾ ਸੂਰਜ ਜਿਹੜਾ ਉਹ ਸਾਡੇ ਸਿਰ ਤੇ ਚਮਕਣ ਲੱਗ ਪਿਆ। ਫਿਰ ਜੋ ਅੱਲਾ ਨੇ ਸਾਨੂੰ ਇੱਜ਼ਤ ਦਿੱਤੀ, ਅਸੀਂ ਆਮ ਜੇ ਸਫੈਦ ਪੋਸ਼ ਲੋਕ ਹਾਂ, ਅਸੀਂ ਕੋਈ ਏਡੇ ਵੱਡੇ ਅਮੀਰ ਜਾਂ ਬੜੇ ਤਰਨਾਟ, ਜਿਹੜਾ ਅੱਗੇ ਲਫ਼ਜ਼ ਤੁਸੀਂ ਬਾਰ ਬਾਰ ਪੇ ਗੱਭਰੂ ਤੇ ਤਰਨਾਟ ਪੇ ਕਹਿੰਦੇ ਆ, ਏਡੇ ਤਰਨਾਟ ਕੋਈ ਨਹੀਂ, ਲੇਕਿਨ ਕਿਰਦਾਰ ਦੇ ਤਰਨਾਟ ਅਸੀਂ ਜ਼ਰੂਰ ਹਾਂ, ਗੱਲ ਤੇ ਖਲਾਉਂਦੇ ਅਸੀਂ ਤਰਨਾਟ ਜ਼ਰੂਰ ਹਾਂ ਧੜੇ ਦੇ ਨਾਲ। ਲੋਕ ਕਹਿੰਦੇ ਨੇ, ਮੈਂ ਕਈ ਵਾਰੀ ਸੁਣਨਾ, ਉਹ ਜੀ ਫਲਾਂ ਬੰਦਾ ਬੜਾ ਧੜੇ ਦਾ ਪੱਕਾ ਹੈ, ਉਹ ਬਾਈ ਧੜੇ ਦਾ ਪੱਕਾ ਵੇਖਣਾ ਤੇ ਉਹਨਾਂ ਦੀ ਹਿਸਟਰੀ ਵੇਖੋ ਕਿ ਕਿੰਨੀ ਵਾਰੀ ਕਿੱਧਰ ਤੇ ਕਿੱਧਰ ਟੁਰ ਗਏ ਨੇ। ਧੜੇ ਦਾ ਤੇ ਬੰਦਾ ਪੱਕਾ ਹੁੰਦਾ ਕਿ ਆਪਣੇ ਧੜੇ ਦੇ ਨਾਲ ਖਲੋਤਿਆ ਨਜ਼ਰ ਆਵੇ, ਕੰਮਾਂ ਨਾਲ ਨਹੀਂ ਵੇਖਿਆ ਜਾਂਦਾ, ਬੰਦੇ ਦੇ ਕਿਰਦਾਰ ਨੂੰ ਵੇਖਣਾ ਹੋਵੇ ਤੇ ਉਹ ਵੇਖੀਦਾ ਕਿ ਉਹ ਕਿੱਥੇ ਖਲੋਤੇ ਆ, ਕਿਸ ਹਾਲਾਤ ਵਿੱਚ ਖਲੋਤੇ ਆ, ਕਿਸ ਹਾਲਾਤ ਵਿੱਚ ਖਲੋ ਕੇ ਉਹਨੇ ਆਪਣੇ ਸਾਥੀਆਂ ਦਾ ਸਾਥ ਦਿੱਤਾ। ਦੇਖੋ ਗੱਲ ਇਹ, ਬੰਦਾ ਰੱਜਿਆ ਹੋਵੇ ਤੇ ਬੰਦੇ ਨੂੰ ਆਖੀਏ ਜੀ ਬੜਾ ਰੱਜਿਆ ਤੇ ਇਹਨੂੰ ਇਹਨੂੰ ਰੋਟੀ ਹੋਰ ਦਿਓ ਤੇ ਉਹਨੇ ਕੀ ਖਾਣੀ ਹੈ, ਗੱਲ ਇਹ ਭੁੱਖ 'ਚ ਵੇਖਣਾ ਹੁੰਦਾ ਤੇ ਜਾਂ ਖੋਬੇ 'ਚ ਵੇਖਣਾ ਹੁੰਦਾ। ਜਿਹੜਾ ਬੰਦਾ ਖੋਬੇ ਦਾ ਚੰਗਾ ਹੋਵੇ ਉਹਨੂੰ ਮੈਂ ਧੜੇ ਦਾ ਬੰਦਾ ਸਮਝਦਾ,
ਜਿਹੜਾ ਬੰਗਦਾ ਸੁੱਕੇ ਤੇ ਰੜੇ ਤੇ ਪਿਆ ਫਿਰਦਾ ਉਹ ਕਿਹੜਾ ਗੱਲ ਹੋਈ ਤੇ ਅਲਹਮਦੁਲਿਲਾ ਅਸੀਂ ਸਮਝਦੇ ਹਾਂ 2002 ਵਿੱਚ ਵੀ ਔਰ ਜਿਹੜੇ 2002 ਦੇ ਵਿੱਚ ਇਕਤਦਾਰ ਦੀ ਛੱਤਰੀ ਦੇ ਥੱਲੇ ਗਏ ਉਹ ਫਿਰ ਤੁਸੀਂ ਦੇਖ ਲਓ ਕਦੇ ਕੋਈ ਕਿਰੇ ਫਿਰਦਾ ਪਿਆ ਕੋਈ ਕਿਰੇ ਪਿਆ ਫਿਰਦਾ ਮੈਂ ਨਾਂ ਨਹੀਂ ਕਿਸੇ ਦਾ ਲੈਣਾ ਮੇਰੇ ਵਾਸਤੇ ਕਿਉਂਕਿ ਸਾਰੇ ਹੀ ਲੋਕ ਸਾਰੇ ਹੀ ਘਰਾਣੇ ਇੰਤਹਾਈ ਕਾਬਲ ਇਹਤਰਾਮ ਨੇ ਲੇਕਿਨ ਗੱਲ ਇਹ ਕਿ ਇਕਤਦਾਰ ਤੇ ਤਾਕਤ ਇਹ ਕਿਰਦਾਰ ਨਾ ਲੱਭੇ ਤੇ ਮੈਂ ਸਮਝਣਾ ਵੱਡੀ ਗੱਲ ਹੋਈ ਸਭ ਤੋਂ ਪਹਿਲੀ ਤੇ ਗੱਲ ਇਹ ਤਰਨਾਟ ਤੇ ਗੱਭਰੂ ਜਵਾਨ ਮੈਂ ਤਾਂ ਕਿਹਾ ਕਿ ਪਾਕਿਸਤਾਨ ਪੀਪਲ ਪਾਰਟੀ ਤੇ ਪੰਜਾਬ ਚ ਭਾਵੇਂ ਸਾਰੀ ਦੁਨੀਆਂ ਛੱਡ ਗਈ ਹੈ ਲੇਕਿਨ ਕਾਇਰਾ ਖਾਨਦਾਨ ਨੇ ਜਿਹੜਾ ਕਦਮ ਕਦਮ ਚੱਲਿਆ ਭੁੱਟੋ ਖਾਨਦਾਨ ਦੇ ਨਾਲ ਅੱਜ ਵੀ ਦੁਨੀਆਂ ਚ ਜਿੱਥੇ ਪੂਰੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਪੀਪਲ ਪਾਰਟੀ ਦਾ ਨਾਂ ਆਉਂਦਾ ਤੇ ਕਾਇਰਾ ਖਾਨਦਾਨ ਨੇ ਜਿਹੜਾ ਉਹ ਸਰੇ ਫਹਿਰਿਸਤ ਤੇ ਨਾ ਸਿਰਫ ਤੁਸੀਂ ਮਾਲੀ ਕੁਰਬਾਨੀਆਂ ਦਿੱਤੀਆਂ ਨੇ ਪਾਰਟੀ ਵਾਸਤੇ ਬਲਕਿ ਜਾਨੀ ਕੁਰਬਾਨੀਆਂ ਵੀ ਦਿੱਤੀਆਂ ਨੇ ਆਤਿਫ ਭੱਟ ਸਾਹਿਬ ਸਵਾਲ ਪੁੱਛ ਰਹੇ ਨੇ ਨਵਾਬਜ਼ਾਦਾ ਖਾਨਦਾਨ ਆਪਕੇ ਕਰੀਬੀ ਥੇ ਵੋ ਵੀ ਛੋੜ ਗਏ ਕਿਉਂ ਦੇਖੋ ਇਹ ਤੇ ਇਹਦਾ ਜਵਾਬ ਤੇ ਮੈਂ ਸਮਝਣਾ ਨਵਾਬਜ਼ਾਦਾ ਖਾਨਦਾਨ ਦਾ ਕੋਈ ਫਰਜ਼ ਹੀ ਦੇ ਸਕਦਾ ਹੈ ਕਿ ਉਹਨਾਂ ਕਿਉਂ ਛੱਡਿਆ ਠੀਕ ਹੈ ਜੀ 150 ਸਾਲ ਦੀ ਉਹਨਾਂ ਦੀ ਸਿਆਸਤ ਸੀ ਉਹਨਾਂ ਦਾ ਪੀਪਲਸ ਪਾਰਟੀ ਦੇ ਨਾਲ ਬਹੁਤ ਵੱਡਾ ਤਲਕ ਸੀ ਬੜੀ ਉਹਨਾਂ ਦਾ ਇਹਤਰਾਮ ਦਾ ਤਲਕ ਸੀ ਇਹ ਤੋਂ ਉਹਦਾ ਜਵਾਬ ਉਹ ਬਿਹਤਰ ਦੇ ਸਕਦੇ ਨੇ ਕਿ ਉਹ ਮੇਰੇ ਵਾਸਤੇ ਕਾਬਲ ਇਹਤਰਾਮ ਨੇ ਮੇਰੇ ਸਾਰੇ ਉਹ ਬਜ਼ੁਰਗ ਨੇ ਉਹ ਬਿਹਤਰ ਦੱਸ ਸਕਦੇ ਨੇ ਕਿ ਉਹਨਾਂ ਕਿਉਂ ਛੱਡਿਆ ਜੀ ਚੌਧਰੀ ਕਮਰ ਜ਼ਮਾਨ ਕਾਇਰਾ ਸਾਹਿਬ ਜਿਹੜਾ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਮਰਕਜ਼ੀ ਲੀਡਰ ਨੇ ਸਾਡੀ ਗੁਜਰਾਤੀਆਂ ਦੇ ਤੇ ਜਿਹੜੇ ਮੂੰਹ ਨੇ ਉਹ ਜਦੋਂ ਸੁਣਨੇ ਚ ਆਏ ਸੀ ਕਿ ਕਾਇਰਾ ਸਾਹਿਬ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਬਣ ਰਹੇ ਨੇ ਕੀ ਵਜ੍ਹਾ ਹੋਈ ਸੀ ਫਿਰ ਨਹੀਂ ਬਣੇ ਦੇਖੋ ਪਹਿਲੀ ਗੱਲ ਤੇ ਕਿ ਸਾਡੇ ਵਾਸਤੇ ਇਹ ਬੜੀ ਬੜੀ ਫਖਰ ਦੀ ਗੱਲ ਹੈ ਕਿ ਅਸੀਂ ਆਮ ਜੇ ਘਰਾਣੇ ਦੇ ਆਮ ਜੇ ਸਿਆਸੀ ਘਰ ਨਾਲ ਤਲਕ ਰੱਖਦੇ ਸੀ ਅੱਲਾਹ ਤਾਲਾ ਨੇ ਕਮਰ ਜ਼ਮਾਨ ਕਾਇਰਾ ਸਾਹਿਬ ਨੂੰ ਉਹਨਾਂ ਦੀ ਜ਼ਹਾਨਤ ਤੋਂ ਅੱਲਾਹ ਤਾਲਾ ਨੇ ਜਿਹੜਾ ਸਾਡੇ ਬਜ਼ੁਰਗਾਂ ਦਾ ਜਿਹੜਾ ਕਿਰਦਾਰ ਉਹਨਾਂ ਦੇ ਨਾਲ ਲੈ ਕੇ ਅਸੀਂ ਤੁਰੇ ਸੀ ਤੇ ਉੱਥੋਂ ਤੱਕ ਪਹੁੰਚੇ ਔਰ ਵਜ਼ੀਰ ਆਜ਼ਮ ਦੇ ਵਿੱਚ ਨਾ ਆ ਜਾਣਾ ਔਰ ਵਜ਼ੀਰ ਆਜ਼ਮ ਦੇ ਨਾਂ ਵੀ ਇੰਜ ਦਾ ਆਉਣਾ ਕਿ ਉਸ ਵੇਲੇ ਅਸਫੰਦ ਯਾਰ ਵਲੀ ਸਾਹਿਬ ਦੀਆਂ ਜਿਹੜੀਆਂ ਸੀਟਾਂ ਸੀ ਉਹਨਾਂ ਫੌਰਨ ਉਸੇ ਵੇਲੇ ਕਿਹਾ ਕਿ ਕਮਰ ਜ਼ਮਾਨ ਕਾਇਰਾ ਅਗਰ ਵਜ਼ੀਰ ਆਜ਼ਮ ਦਾ ਨਾਮਜ਼ਦਗੀ ਹੋਈ ਤੇ ਅਸੀਂ ਦਾ ਸਾਥ ਦਿਆਂਗੇ ਇਸੇ ਤਰ੍ਹਾਂ ਇੱਕ ਜਿਹੜੇ ਐਮ ਕਿਊ ਐਮ ਦੇ ਲੀਡਰ ਸੀ ਉਹਨਾਂ ਨੇ ਉਸੇ ਵੇਲੇ ਲੰਡਨ ਤੋਂ ਕਹਿ ਦਿੱਤਾ ਕਿ ਬਈ ਅਸੀਂ ਸਾਡੀ ਐਮ ਕਿਊ ਐਮ ਦੀ ਜਿਤਨੀ ਅਰਾਕੀਨ ਨੇ ਉਹ ਵੀ ਕਮਰ ਜ਼ਮਾਨ ਕਾਇਰਾ ਦੇ ਉੱਤੇ ਮੁਤਫਿਕ ਹਾਂ ਅਸੀਂ ਸਮਝਣਾ ਕਿ ਪੀਪਲਸ ਪਾਰਟੀ ਨੇ ਜਿਹੜੇ ਬੰਦੇ ਨੂੰ ਲਿਆਂਦਾ ਉਹ ਲੇਕਿਨ ਫਿਰ ਵੀ ਤੁਹਾਨੂੰ ਪਤਾ ਬਹੁਤ ਸਾਰੀਆਂ ਮਾਮਲਾਤ ਇਹੋ ਜਿਹੇ ਆ ਜਾਂਦੇ ਨੇ ਜਿਸ ਵਜ੍ਹਾ ਤੋਂ ਇਨਸਾਨ ਨੂੰ ਲੇਕਿਨ ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਹੈ ਕਿ ਸਾਡੀ ਪਾਰਟੀ ਨੇ ਸਾਨੂੰ ਨਾਮਜ਼ਦ ਕੀਤਾ ਔਰ ਉਸ ਫਹਿਰਿਸਤ ਦੇ ਵਿੱਚ ਸਾਨੂੰ ਵੀ ਸ਼ਾਮਲ ਕੀਤਾ ਦੇਖੋ ਇਸ ਤੋਂ ਵੱਡੀ ਕੀ ਗੱਲ ਹੈ ਵਜ਼ਾਰਤ ਉਜ਼ਮਾ ਚ ਵੀ ਨਾਮਜ਼ਦ ਕੀਤਾ ਗਵਰਨਰ ਬਣਾਇਆ ਵਜ਼ੀਰ ਬਣਾਇਆ 2 ਵਜ਼ਾਰਤਾਂ ਦਿੱਤੀਆਂ ਇਸ ਤੋਂ ਵੱਡੀ ਮੈਂ ਸਮਝਦਾ ਕਿ ਸਾਡੇ ਤੇ ਅੱਲਾਹ ਤਾਲਾ ਦੀ ਕੀ ਕਰਮ ਨਵਾਜ਼ੀ ਹੋਣੀ ਹੈ ਉਹ ਹੀ ਲੋਕ ਜਿਹੜੇ ਸਾਨੂੰ ਉਸ ਵੇਲੇ ਕਹਿੰਦੇ ਸੀ ਉਹ ਇਕਤਦਾਰ ਹੈ ਇਕਤਦਾਰ ਹੈ ਉਹ ਅੱਲਾਹ ਨੇ ਸਾਨੂੰ ਵੀ ਦੇ ਦਿੱਤਾ ਔਰ ਅੱਜ ਉਸ ਇਕਤਦਾਰ ਦੇ ਨਾਲ ਕਿਰਦਾਰ ਵੀ ਦਿੱਤਾ ਅਸੀਂ ਆਪਣੇ ਉਸ ਕਿਰਦਾਰ ਦੇ ਉੱਤੇ ਅੱਜ ਵੀ ਖਲੋਤੇ ਹਾਂ ਅਗਰ ਸੀਟ ਲੈਣੀ ਹੋਵੇ ਕੁਝ ਲੋਕ ਸੀਟ ਨੂੰ ਬੜੀ ਅਹਿਮੀਅਤ ਦਿੰਦੇ ਨੇ ਕਿ ਯਾਰ ਸੀਟ ਹੋਵੇ ਤੇ ਕੰਮ ਨਿਕਲਦੇ ਨੇ ਰਾਜਾ ਸਾਹਿਬ ਬੜੀ ਗੌਰ ਵਾਲੀ ਗੱਲ ਹੈ ਕਿ ਗੱਲ ਸੁਣੋ ਥਾਣੇ ਆ ਮੈਂ ਅੱਜ ਵੀ ਮੇਰਾ ਅੱਜ ਤੂੰ ਜਦੋਂ ਚੌਧਰੀ ਪਰਵੇਜ਼ ਲਾਈ ਸਾਹਿਬ ਵਜ਼ੀਰੇ ਆਲਾ ਸੀ ਮੇਰਾ ਇੱਕ ਇੰਟਰਵਿਊ ਹੈ ਮੈਂ ਅੱਜ ਵੀ ਉਹ ਸ਼ੋਅ ਕਰ ਸਕਣਾ ਦੋਸਤਾਂ ਨੂੰ ਮੇਰੇ ਕੋਲ ਕੁਦਰਤੀ ਉਹ ਡਾਇਜਲ ਔਰ ਰਜ਼ਾਲਾ ਪੇ ਅੱਜ ਦੇ ਚੋ ਇੰਟਰਵਿਊ ਸੀ ਮੈਂ ਆਖਿਆ ਮੈਨੂੰ ਚੌਧਰੀ ਪਰਵੇਜ਼ ਲਾਈ ਸਾਹਿਬ ਦੇ ਹਲਕੇ ਦੇ ਬੰਦਾ ਕੋਈ ਦਾਅਵਾ ਕਰ ਦੇ ਕਿ ਮੈਂ ਥਾਣਿਓ ਜਾਂ ਮਹਿਕਮਾ ਜ਼ਰਾਤ ਵਿੱਚੋਂ ਜਾਂ ਮਹਿਕਮਾ ਮਾਲ ਦੇ ਵਿੱਚੋਂ ਪੈਸੇ ਦਿੱਤਿਓ ਬਗੈਰ ਕੰਮ ਕਰਵਾ ਕੇ ਆਉਣਾ ਜਦੋਂ ਸਿਆਸਤਦਾਨ ਨੇ ਪੈਸੇ ਦੇ ਕੇ ਕੰਮ ਕਰਾਉਣਾ ਹੈ ਤੇ ਭੈੜਿਓ ਫਿਰ ਬਾਰ ਬਾਰ ਆਪਣਾ ਕਿਰਦਾਰ ਗੰਦਾ ਕਰਨ ਦੀ ਕਿਹੜੀ ਜ਼ਰੂਰਤ ਹੈ ਬੰਦਾ ਆਪਣੇ ਕਿਰਦਾਰ ਦੇ ਉੱਤੇ ਖਲੋਤਿਆ ਵੇ ਜੇ ਇਕਤਦਾਰ 'ਚ ਹੋਈ ਹੈ ਅੱਜ ਅਗਰ ਅਸੀਂ ਇਕਤਦਾਰ 'ਚ ਨਹੀਂ ਤੇ ਗਮੀ ਖੁਸ਼ੀ ਤੇ ਜਿਹੜਾ ਵੀ ਸਿਆਸੀ ਆਦਮੀ ਹੈ ਉਹਨੇ ਗਮੀ ਵੀ ਭੁਗਤਾਉਣੀ ਹੈ ਖੁਸ਼ੀ ਵੀ ਭੁਗਤਾਉਣੀ ਹੈ ਮਰਨ ਜੀਵਨ ਉਹਨੇ ਭੁਗਤਾਉਣਾ ਹੈ ਬਾਕੀ ਰਹਿ ਕੇ ਜਿਹੜੇ ਤਹਿਸੀਲੇ ਹੋ ਗਿਆ ਕਚਹਿਰੀਆਂ ਹੋ ਗਈਆਂ ਕੋਈ ਹੋਰ ਮਾਮਲਾਤ ਹੋ ਗਏ ਉਹ ਸਾਡੇ ਮੁਲਕ ਦੇ ਵਿੱਚ ਮੈਂ ਸਮਝਣਾ ਜਿਤਨੇ ਮਰਜ਼ੀ ਵੱਡੇ ਅਹੁਦੇ ਤੇ ਤੁਸੀਂ ਬਹਿ ਜਾਓ ਬਦਕਿਸਮਤੀ ਹੈ ਸਾਡੇ ਇਸ ਮੁਲਕ ਦੀ ਵੀ ਤੇ ਸਾਡੇ ਲੋਕਾਂ ਦੀ ਵੀ ਤੇ ਅਸੀਂ ਵੀ ਉਹਦੇ ਵਾਸਤੇ ਜਦੋਂ ਆਪਣਾ ਕਦੇ ਇੱਧਰ ਤੇ ਕਦੇ ਇੱਧਰ ਖੱਬੀ ਸੱਜੀ ਮਾਰਨੇ ਆ ਜਿਸ ਵਜ੍ਹਾ ਤੋਂ ਅਫਸਰ ਜਿਹੜੇ ਨੇ ਉਹ ਸਾਨੂੰ ਸਿੱਧੇ ਮੂੰਹ ਗੱਲ ਨਹੀਂ ਕਰਦੇ ਤੇ ਅਸੀਂ ਪੈਸੇ ਦਿੱਤੇ ਬਗੈਰ ਕੰਮ ਨਹੀਂ ਲੈ ਸਕਦੇ ਤੇ ਅਸੀਂ ਕਮ ਅਜ਼ ਕਮ ਮੈਂ ਦਾਅਵਾ ਕਰਨਾ ਮੈਨੂੰ 18 ਸਾਲ ਹੋ ਗਏ ਨੇ ਕੋਈ ਬੰਦਾ ਮੈਨੂੰ ਦੱਸ ਚੜੇ ਮੈਂ ਥਾਣੇ ਦਾ ਕਦੇ ਮੂੰਹ ਵੇਖਿਆ ਹੋਵੇ ਫੋਨ ਜ਼ਰੂਰ ਕਰੀਦਾ ਕਿਉਂ
ਕਿ ਜਿਹੜੇ ਅਫਸਰ ਨੇ ਉਹ ਭਾਈਜਾਨ ਅੱਜ ਕੱਲ ਦੁਨੀਆਦਾਰ ਬੰਦੇ ਨੂੰ ਥਾਣੇ ਇਸ ਗੱਲੇ ਬੁਲਾ ਕੇ ਕਰਦੇ ਨੇ, ਉਹ ਆਪਣੀ ਸੇਫਟੀ ਚਾਹੁੰਦੇ ਹੁੰਦੇ ਨੇ, ਉਹ ਤਫਸ ਚਾਹੁੰਦੇ ਹੁੰਦੇ ਨੇ, ਉਹ ਸਮਝਦੇ ਨੇ ਕਿ ਸਾਡੇ ਖਿਲਾਫ਼ ਅਗਰ ਕਿਸੇ ਬੰਦੇ ਨੇ ਕੋਲ ਪੈਸੇ ਲਏ ਦਰਖਾਸਤ ਦਿੱਤੀ ਤੇ ਅਸੀਂ ਫੌਰਨ ਉਸ ਬੰਦੇ ਦੇ ਸਾਈਨ ਨੂੰ ਬੁਲਾ ਲਾਂਦੇ, ਵਾ ਮੀਆਂ ਤੇਰੇ ਕਹਿਣੇ ਦਸਾਂ ਛੱਡਿਆ ਤੇ ਇਹਨੇ ਸਾਡੇ ਖਿਲਾਫ਼ ਦਰਖਾਸਤ ਦੇ ਦਿੱਤੀ ਹੈ, ਇਹ ਸਾਡੇ ਮੁਲਕ ਦਾ ਵਤੀਰਾ। ਤੇ ਮੈਂ ਸਮਝਦਾ, ਮੈਂ ਸਿਆਸਤਦਾਨਾਂ ਅੱਗੇ ਇਹੀ ਗੱਲ ਦਾ ਅਪੀਲ ਕਰਨਾ, ਉਹ ਖੁਦਾ ਦਾ ਨਾਂ ਜੀ ਆਪਣੇ ਕਿਰਦਾਰ ਦੇ ਉੱਤੇ ਖਲੋ ਕੇ ਰਵਿਆ ਕਰੋ। ਇਹ ਸੀਟਾਂ ਨਾਲ ਨਹੀਂ ਇੱਜ਼ਤ ਹੁੰਦੀ, ਜੇ ਕਮਰ ਜ਼ਮਾਨ ਕਹਿ ਰਹੇ ਸੀ ਅੱਜ ਸੀਟਾਂ ਨਾਲ ਤੇ ਨਹੀਂ ਇੱਜ਼ਤ। ਅੱਲਾ ਨੇ ਜੋ ਮੈਨੂੰ ਤਹਿਸੀਲ ਵਿੱਚ ਇੱਜ਼ਤ ਦਿੱਤੀ, ਜੇਲ੍ਹ ਵਿੱਚ ਬਹਿ ਕੇ ਦੇ ਦਿੱਤੀ, ਉਸ ਤੋਂ ਵੱਡੀ ਖਰ ਇੱਜ਼ਤ ਦਿੱਤੀ ਕਿ ਪੂਰੀ ਤਹਿਸੀਲ ਵਿੱਚ ਤ੍ਰੈ ਪੀਪਲਸ ਪਾਰਟੀ ਦੇ ਬੰਦੇ ਜਿੱਤੇ ਸੀ, ਇਕੱਠਾਂ ਬੰਦਿਆਂ ਦੇ ਵਿੱਚੋਂ ਤਹਿਸੀਲ ਦਾ ਜਿਹੜਾ ਹਾਊਸ ਸੀ ਉਹਦੇ ਵਿੱਚ ਵੀ ਫਿਰ ਅੱਲਾ ਤਾਲਾ ਨੇ ਮੈਨੂੰ ਇੱਜ਼ਤ ਦੇ ਦਿੱਤੀ। ਤੇ ਇਹਦਾ ਮਤਲਬ ਇਹ ਕਿ ਲੋਕ ਕਿਰਦਾਰ ਨੂੰ ਵੇਖਦੇ ਹੁੰਦੇ ਨੇ, ਫਿਰ ਤੁਹਾਡੀ ਨੀਅਤ ਨੂੰ ਪੇ ਵੇਖਦੇ ਹੁੰਦੇ ਨੇ। ਹਰ ਸ਼ਾਇਦ ਤੁਹਾਡੀ ਛੁਪ ਸਕਦੀ ਹੈ, ਮੈਂ ਆਪਣੇ ਆਪ ਨੂੰ ਹਰ ਤਰ੍ਹਾਂ ਤੋਂ ਛੁਪਾ ਸਕਦਾ, ਲੇਕਿਨ ਮੈਂ ਆਪਣੀ ਨੀਅਤ ਨੂੰ ਨਹੀਂ ਛੁਪਾ ਸਕਦਾ, ਕਿਉਂਕਿ ਨੀਅਤ ਇੱਕ ਐਸੀ ਚੀਜ਼ ਹੈ ਉਹ ਤੁਹਾਡੇ ਜਿਹੜੀ ਜਿਹੜਾ ਤੁਹਾਡਾ ਅਮਲ ਹੋਣਾ ਹੈ ਉਹ ਤੁਹਾਡੀ ਨੀਅਤ ਨੇ ਜਿਹੜਾ ਉਹ ਸਾਹਮਣੇ ਆਉਂਦਿਆਂ ਜਾਣਾ ਹੈ। ਅਤੇ ਮੈਂ ਸਮਝਦਾ ਨੀਅਤ ਅਤੇ ਕਿਰਦਾਰ ਜਿਹੜਾ ਉਹ ਤੁਹਾਡੀ ਸਭ ਤੋਂ ਵੱਡੀ ਬੁਲੰਦੀ ਹੁੰਦੀ ਹੈ। ਅੱਜ ਅੱਲਾ ਨੇ ਸਾਨੂੰ ਪਾਕਿਸਤਾਨ ਦੇ ਜਿਹੜੇ 7 ਤੋਂ 8-10 ਘਰਾਰ ਨੇ ਉਹਨਾਂ ਦੇ ਵਿੱਚ ਸ਼ਾਮਿਲ ਕਰ ਦਿੱਤਾ, ਅਤੇ ਉਹ ਕੋਈ ਅਸੀਂ ਭਲਵਾਨ ਨਹੀਂ ਹੈ। ਭਲਵਾਨ ਅਸੀਂ ਇੱਕੋ ਗੱਲ ਦੇ ਹਾਂ ਕਿ ਅਸੀਂ ਆਪਣੀ ਗੱਲ ਉੱਤੇ ਖਲੋਤੇ ਹਾਂ, ਆਪਣੀ ਜਮਾਤ ਦੇ ਨਾਲ ਖਲੋਤੇ ਹਾਂ, ਆਪਣੀ ਕਿਆਦਤ ਨਾਲ ਖਲੋਤੇ ਹਾਂ, ਜਿਸ ਵਜ੍ਹਾ ਤੋਂ ਸਾਨੂੰ ਅੱਲਾ ਤਾਲਾ ਇਹ ਸਾਰੀ ਇੱਜ਼ਤ ਦਿੱਤੀ। ਸਰ ਅੱਲਾ ਨੇ ਤੁਹਾਨੂੰ ਇੰਨੀ ਇੱਜ਼ਤ ਦਿੱਤੀ, ਔਰ ਇਸ ਟਾਈਮ ਕਾਇਰਾ ਸਾਹਿਬ ਪੰਜਾਬੀਆਂ ਦੀ ਡੇਰੇਦਾਰੀ ਹੈ, ਤੁਹਾਨੂੰ ਲੰਡਨ, ਅਮਰੀਕਾ, ਕੈਨੇਡਾ, ਪਰ ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਚਾਈਨਾ, ਪਾਕਿਸਤਾਨ ਦੇ ਸਾਰਿਆਂ ਜ਼ਿਲ੍ਹਿਆਂ ਜਿੱਥੇ ਜਿੱਥੇ ਪੰਜਾਬੀ ਮੌਜੂਦ ਨੇ, ਕਿਉਂਕਿ ਉਹ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਨੇ ਅਤੇ ਤੁਹਾਡੀਆਂ ਪੰਜਾਬੀ ਗੱਲਾਂ ਸੁਣ ਰਹੇ ਨੇ। ਸਰ ਇਸ ਟਾਈਮ ਤੁਹਾਨੂੰ ਕਾਇਰਾ ਸਾਹਿਬ ਸਿਰਫ ਔਰ ਸਿਰਫ ਪੀਪਲ ਪਾਰਟੀ ਦੇ ਨਹੀਂ ਬਲਕਿ ਦੂਜੀਆਂ ਜਮਾਤਾਂ ਦੇ ਜਿਹੜੇ ਦੋਸਤ ਨੇ ਉਹ ਵੀ ਵੇਖ ਰਹੇ ਨੇ। ਅਹਿਸਾਨ ਜ਼ਮਾਨ ਸਾਹਿਬ ਭੰਗਰਾਂ ਵਾਲੇ ਤੋਂ ਪਾਕਿਸਤਾਨ ਰਾਹਨੁਮਾ ਨੇ, ਉਹ ਕਹਿ ਰਹੇ ਨੇ ਮਾਸ਼ਾਅੱਲਾ ਕਮਰ ਜ਼ਮਾਨ ਕਾਇਰਾ ਸਾਹਿਬ ਬਹੁਤ ਅੱਛੇ, ਬਾ ਹਿਲਾਕ, ਬਾ ਕਿਰਦਾਰ, ਨਡਰ ਔਰ ਅਵਾਮੀ ਹਿਦਮਤ ਗੁਜ਼ਾਰ ਲੀਡਰ ਹੈ। ਸਰ ਇਹ ਦੱਸੋ ਕਿ ਸਿਆਸਤਦਾਨਾਂ ਤੇ ਅਰੂਜ ਵੀ ਆਉਂਦਾ, ਜ਼ਵਾਲ ਵੀ ਆਉਂਦਾ, ਪਾਕਿਸਤਾਨ ਪੀਪਲ ਪਾਰਟੀ ਦੇ ਜਿੱਥੇ ਬਹੁਤ ਜ਼ਿਆਦਾ ਇਲਜ਼ਾਮਾਤ ਲੱਗੇ, ਕਰਪਸ਼ਨ ਦੇ ਇਲਜ਼ਾਮਾਤ ਲੱਗੇ, ਵੱਡਿਆਂ ਵੱਡਿਆਂ ਲੀਡਰਾਂ ਤੇ ਲੱਗੇ, ਲੇਕਿਨ ਕਮਰ ਜ਼ਮਾਨ ਕਾਇਰਾ ਇੱਕ ਪੀਪਲ ਪਾਰਟੀ ਦੇ ਵਿੱਚ ਐਸਾ ਨਾਮ ਹੈ ਜਿਹਨੂੰ ਅਪੋਜ਼ਿਸ਼ਨ ਲੀਡਰ ਦੂਜੀਆਂ ਜਮਾਤਾਂ ਦੇ ਬੰਦੇ ਵੀ ਨੇ ਜਿਹੜੇ ਉਹ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਕੋਈ ਦੋ ਨੰਬਰੀ ਕਰਦਾ ਜਾਂ ਕੋਈ ਕਰਪਸ਼ਨ ਜਾਂ ਕੋਈ ਕੀ ਹੈ। ਮਤਲਬ ਕਾਇਰਾ ਸਾਹਿਬ ਨੇ ਕਿਸ ਤਰ੍ਹਾਂ ਆਪਣਾ ਜਿਹੜਾ ਦਮਨ ਹੈ ਉਹ ਨੀਟ ਐਂਡ ਕਲੀਨ ਰੱਖੇ ਆ। ਰਾਜ ਸਾਹਿਬ ਇੱਕ ਨਾ ਬੜੀ, ਮੈਂ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਵਾਂਗਾ, ਜਦੋਂ ਮੇਰੇ ਵਾਲਦ ਸਾਹਿਬ ਐਮ ਪੀ ਏ ਸੀ ਨਾ, ਤੁਹਾਨੂੰ ਪਤਾ ਸਾਡੇ ਵੱਡੇ ਬਜ਼ੁਰਗ ਵੀ ਐਮ ਪੀ ਏ ਰਹੇ, ਫਿਰ ਵਾਲਦ ਸਾਹਿਬ ਮੇਰੇ ਐਮ ਪੀ ਏ ਰਹੇ, ਫਿਰ ਐਮ ਐਨ ਏ ਰਹੇ। ਵਾਲਦ ਸਾਹਿਬ ਮੇਰਿਆਂ ਨੇ ਦੋ ਮੌਕੇ ਦੇ ਉੱਤੇ, ਇਹ ਕਿਉਂਕਿ ਜਦੋਂ ਤੁਹਾਡੇ ਬਜ਼ੁਰਗ ਇੱਕ ਕਿਰਦਾਰ ਦੀ ਸਿਆਸਤ ਕਰਦੇ ਨੇ ਅਤੇ ਆਉਣ ਵਾਲੀ ਨਸਲ ਜਿਹੜੀ ਹੈ ਉਹ ਉਸ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੀ ਹੈ ਕਿ ਅਸੀਂ ਆਪਣੇ ਵਾਲਦੈਨ ਦੀ ਜਿਹੜੀ ਹੈ ਨਕਸ਼ੇ ਕਦਮ 'ਤੇ ਤੁਰੀਏ। ਇਹ ਗੱਲਾਂ ਅਸਾਂ ਉਹਨਾਂ ਦੀ ਫਤੀਦਗੀ 'ਤੇ ਵੀ ਕੀਤੀਆਂ ਕਿ ਜੇ ਲੋਕ ਸਾਡੇ ਇਲਾਕੇ ਦੇ ਸਮਝਣ ਕਿ ਅਸੀਂ ਹਾਜੀ ਅਸਗਰ ਅਤੇ ਚੋਰੀ ਜ਼ਬਾਨ ਬਣ ਜਾਈਏ ਤਾਂ ਸਾਡੇ ਕੋਲੋਂ ਨਹੀਂ ਬਣਨ ਹੋਣਾ, ਅਸੀਂ ਉਹਨਾਂ ਦੇ ਨਕਸ਼ੇ ਕਦਮ 'ਤੇ ਜ਼ਰੂਰ ਤੁਰਦੇ ਰਹਾਂਗੇ। ਔਰ ਅਸੀਂ ਆਪਣੀ ਤਰਫੋਂ ਅੱਜ ਵੀ ਕੋਸ਼ਿਸ਼ 'ਤੇ ਸਾਰੇ ਭਰਾ ਕਰਨੇ ਹਾਂ ਕਿ ਅਸੀਂ ਉਸ ਨਕਸ਼ੇ ਕਦਮ 'ਤੇ ਚੱਲਦੇ ਰਹੇ। ਐਮ ਪੀਆਂ ਸਾਰਿਆਂ ਨੂੰ ਜੌਹਰ ਟਾਊਨ ਦੇ ਵਿੱਚ ਪਲੋਟ ਉਸ ਟਾਈਮ ਦਿੱਤੇ, ਜਿਹਦਾ ਕਿ ਅੱਜ ਵੀ ਕਈ ਵਾਰੀ ਜ਼ਿਕਰ ਹੁੰਦੇ ਰਹਿੰਦੇ ਨੇ। ਇੱਕ ਮੀਡੀਆ ਸੈੱਲ ਦੇ ਬੜੇ ਅਹਿਮ ਬੰਦੇ ਵੀ ਜੇਲ੍ਹ 'ਚ ਗਏ ਨੇ ਉਸ ਜੌਹਰ ਟਾਊਨ ਦੀ ਵਜ੍ਹਾ ਤੋਂ। ਅਤੇ ਮੇਰੇ ਵਾਲਦ ਸਾਹਿਬ ਦੀ ਤਕਰੀਰ ਅੱਜ ਵੀ ਕਢਵਾ ਸਕਦੇ ਹੋ। ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿ ਬਾਈ ਇਹ ਵਜ਼ੀਰ ਆਲਾ ਸਾਹਿਬ ਇਹ ਇੱਕ ਐਸਾ ਸੁਰਾਖ ਹੈ, ਇਹਨੂੰ ਅਗਰ ਤੁਸੀਂ ਕੱਲ੍ਹ ਬੰਦ ਕਰਨਾ ਚਾਹੋਗੇ ਤਾਂ ਇਹ ਬੰਦ ਨਹੀਂ ਹੋ ਸਕੇਗਾ। ਉਹ ਦੋ ਪਲਾਟ ਦਿੱਤੇ ਜਾਂਦੇ ਸੀ, ਇੱਕ ਪਲਾਟ ਦਿੱਤਾ ਜਾਂਦਾ ਸੀ ਘਰ ਵਾਸਤੇ ਅਤੇ ਦੂਸਰਾ ਪਲਾਟ ਦਿੱਤਾ ਜਾਂਦਾ ਸੀ ਵੇਚ ਕੇ ਉੱਥੇ ਘਰ ਬਣਾ ਲਓ। ਅੱਜ ਮੌਜੂਦ ਬਹੁਤ ਸਾਰੇ ਸਿਆਸਤਦਾਨਾਂ ਨੇ ਉਹ ਘਰ ਵੀ ਬਣਾਏ ਅਤੇ ਉਹ ਪਲਾਟ ਵੀ ਲਏ। ਫਿਰ ਮੇਰੇ ਵਾਲਦ ਸਾਹਿਬ 1988 ਦੇ ਵਿੱਚ ਜਦੋਂ ਐਮ ਐਨ ਏ ਬਣੇ ਅਤੇ ਆ ਬਲੂ ਏਰੀਆ ਦੇ ਵਿੱਚ ਪਾਰਟੀਆਂ ਨੇ ਆਪਣੇ ਲੋਕਾਂ ਨੂੰ ਕਿਹਾ ਕਿ ਜੀ ਕਾਨੂੰਨੀ ਤੌਰ 'ਤੇ ਕਿੰਨੇ ਪੈਸੇ ਜਮ੍ਹਾਂ ਕਰਾਓ ਅਤੇ ਇਹ ਪਲਾਟ ਤੁਸੀਂ ਲੈ ਲਓ। ਉਹਦੇ ਵਿੱਚ ਵੀ ਮੇਰੇ ਵਾਲਦ ਸਾਹਿਬ ਨੇ ਲਿਖ ਕੇ ਦਿੱਤਾ ਕਿ ਮੈਂ ਆਪਣੀ ਕਿਆਦਤ ਦਾ ਇੰਤਹਾਈ ਮਸ਼ਕੂਰ ਹਾਂ ਕਿ ਮੇਰੇ ਛੋਟੇ ਜਿਹੇ ਮੈਂ ਕਾਰਕੁਨ ਹਾਂ ਮੇਰੇ ਉੱਤੇ ਸ਼ਫਕਤ ਕੀਤੀ ਹੈ, ਲੇਕਿਨ ਮੈਨੂੰ ਇਸ ਪਲਾਟ ਦੀ ਜ਼ਰੂਰਤ ਨਹੀਂ। ਅਤੇ ਮੈਂ ਸਮਝਦਾ ਕਿ ਜਦੋਂ ਤੁਹਾਡੇ ਵਾਲਦੈਨ ਨੇ ਬੁਨਿਆਦਾਂ ਇਹੋ ਜਿਹੀਆਂ ਰੱਖੀਆਂ ਹੋਣ, ਅੱਜ ਅਸੀਂ ਐਡੇ ਅਮੀਰ ਨਹੀਂ, ਲੇਕਿਨ ਜੋ ਅੱਲਾ ਨੇ ਸਾਨੂੰ ਦਿੱਤੇ ਆ ਅਸੀਂ ਸਮਝਦੇ ਹਾਂ ਕਿ ਇਸ ਜ਼ਿਲ੍ਹੇ ਗੁਜਰਾਤ ਵਿੱਚ ਕਿਸੇ ਨੂੰ ਇੰਨਾ ਸ਼ਾਇਦ ਦਿੱਤੇ ਜਾਵੇ।
ਕਿਰਦਾਰ ਵੀ ਦਿੱਤੀ ਹੈ, ਦੌਲਤ ਵੀ ਦਿੱਤੀ ਹੈ, ਸ਼ੋਹਰਤ ਵੀ ਦਿੱਤੀ ਹੈ, ਇਹ ਸਾਰੀ ਦੀ ਸਾਰੀ ਅਸੀਂ ਰੱਬ ਦੀ ਕਰਮ ਦੀ ਸਮਝਦੇ ਹਾਂ ਸਰ। ਸਹੀ ਬੁਨਿਆਦੀ ਵਜ੍ਹਾ ਸਾਡੀ ਕਾਮਯਾਬੀ ਦੀ। ਸੈਯਦ ਇਰਤਜ਼ਾ ਹੈਦਰ ਸ਼ਾਹ ਸਾਹਿਬ ਮੋਮਦੀਪੁਰ ਸਜਦਾ ਤੋਂ ਸਵਾਲ ਕਰ ਰਹੇ ਨੇ, ਕਾਇਰਾ ਸਾਹਿਬ ਤਹਿਸੀਲ ਚੇਅਰਮੈਨ ਕਾ ਇਲੈਕਸ਼ਨ ਲੜੇਂਗੇ ਕਿਆ ਅਗਰ ਬਲਦੀਆਤੀ ਇਲੈਕਸ਼ਨ ਹੋ ਜਾਂਦੇ ਨੇ, ਲੰਗੋਟਾ ਕਸੋ ਦੇ ਤੁਸੀਂ? ਪਹਿਲੀ ਗੱਲ ਹੈ ਜੀ ਕਿ ਇੱਕ ਤੇ ਮੈਂ ਥੋੜੀ ਜਿਹੀ ਵਜ਼ਾਹਤ ਕਰ ਦਿਆਂ, ਮੈਂ ਜ਼ਿੰਦਗੀ ਦੇ ਵਿੱਚ ਆਪ ਲੰਗੋਟਾ ਨਹੀਂ ਕਸਿਆ। ਸਹੀ, ਮੇਰਾ ਹਮੇਸ਼ਾ ਫੈਸਲੇ ਕਰਨ ਵਾਲੇ ਮੇਰੇ ਬਜ਼ੁਰਗ ਰਹੇ ਨੇ, ਮੇਰੇ ਗਰੁੱਪ ਦੇ ਲੀਡਰ ਰਹੇ ਨੇ। ਜਦੋਂ ਮੈਨੂੰ ਯੂਨੀਅਨ ਕੌਂਸਲ ਦਾ ਇਲੈਕਸ਼ਨ ਲੜਾਇਆ ਗਿਆ ਸੀ ਉਦੋਂ ਵੀ ਮੇਰੇ ਟੱਬਰ ਨੇ ਫੈਸਲਾ ਕੀਤਾ ਸੀ, ਤੇ ਜਦੋਂ ਮੇਰੀ ਮੈਨੂੰ ਤਹਿਸੀਲ ਦਾ ਇਲੈਕਸ਼ਨ ਪਹਿਲੀ ਵਾਰੀ 2001 'ਚ ਰਿਜ਼ਾਈਨ ਕਰਵਾ ਕੇ ਤੇ ਲੜਾਇਆ ਗਿਆ ਸੀ, ਉਦੋਂ ਮੇਰੇ ਜ਼ਿਲ੍ਹੇ ਦੀ ਕਿਆਦਤ ਨੇ ਤੇ ਤਹਿਸੀਲ ਦੀ ਕਿਆਦਤ ਨੇ ਫੈਸਲਾ ਕੀਤਾ ਸੀ ਕਿ ਇਸ ਮੁੰਡੇ ਨੂੰ ਲੈ ਕੇ ਆਵੋ ਤੇ ਅਸੀਂ ਇਲੈਕਸ਼ਨ ਜਿਹੜਾ ਬਿਹਤਰ ਤਰੀਕੇ ਨਾਲ ਜਿੱਤ ਸਕਦੇ ਹਾਂ, ਕਿਉਂਕਿ ਦੂਸਰੀ ਸਾਈਡ 'ਤੇ ਸਾਬਕਾ ਸੂਬਾਈ ਵਜ਼ੀਰ ਮੀਆਂ ਤਾਰਕ ਆਫ ਡਿੰਗਾ ਸੀ, ਤੇ ਉਹਨਾਂ ਕਿਹਾ ਕਿ ਅਗਰ ਕੋਈ ਹਰਾ ਸਕਦਾ ਹੈ ਤਾਂ ਇਸ ਮੁੰਡੇ ਨੂੰ ਲੈ ਕੇ ਆਓ, ਅਤੇ ਅਲਹਮਦੁਲਿਲਾ ਮੈਂ ਉਸ ਵੇਲੇ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪੀਪਲਸ ਪਾਰਟੀ ਦੀ ਤਰਫੋਂ ਲੀਡ ਲੈ ਕੇ ਜਿੱਤਿਆ ਸੀ, ਅਤੇ ਉਹ ਮੈਂ ਸਮਝਣਾ ਕਿ ਮੇਰੇ ਫੈਸਲਾ ਕੀਤਾ। ਜਦੋਂ ਮੈਂ ਜੇਲ੍ਹ 'ਚੋਂ ਜਿੱਤਿਆ ਉਦੋਂ ਵੀ ਮੇਰੇ ਗਰੁੱਪ ਨੇ ਫੈਸਲਾ ਕੀਤਾ ਕਿ ਜੀ ਇਲੈਕਸ਼ਨ ਅਸੀਂ ਇਹਨੂੰ ਹੀ ਲੜਾਉਣਾ ਹੈ, ਕਿਉਂਕਿ ਕੁਝ ਲੋਕਾਂ ਦੀ ਰਾਏ ਸੀ ਕਿ ਇਹ ਜੇਲ੍ਹ 'ਚ ਕਿਸੇ ਅਸੀਂ ਬਾਹਰ ਦੋਸਤ ਨੂੰ ਲੜਾਈਏ ਇਲੈਕਸ਼ਨ, ਲੇਕਿਨ ਮੇਰੇ ਗਰੁੱਪ ਨੇ ਫੈਸਲਾ ਕੀਤਾ। ਮੈਂ ਫਿਰ ਚੇਅਰਮੈਨੀ ਦਾ ਇਲੈਕਸ਼ਨ ਨਹੀਂ ਸੀ ਲੜਨਾ ਚਾਹੁੰਦਾ ਆ, ਮੈਂ ਕਹਿੰਦਾ ਸੀ ਕਿ ਮੈਂ 10 ਲੱਖ ਦੀ ਆਬਾਦੀ ਨੂੰ 2 ਵਾਰੀ ਨੁਮਾਇੰਦਗੀ ਕੀਤੀ ਹੈ ਤੇ ਮਿਹਰਬਾਨੀ ਕਰੋ ਹੁਣ ਮੈਨੂੰ ਸ਼ਹਿਰ ਦਾ ਇਲੈਕਸ਼ਨ ਨਾ ਲੜਾਓ, ਲੇਕਿਨ ਫਿਰ ਮੇਰੇ ਗਰੁੱਪ ਨੇ ਆਇਆ, ਮੇਰੇ ਸ਼ਹਿਰ ਦੀ ਕਿਆਦਤ ਆਈ, ਮੇਰੇ ਸ਼ਹਿਰ ਦੀ ਕਿਆਦਤ ਨੇ ਕਿਹਾ ਕਿ ਨਹੀਂ ਇਹ ਜਿੰਨੀ ਦੇਰ ਤੱਕ ਇਹ ਨਹੀਂ ਇਲੈਕਸ਼ਨ ਲੜੇਗਾ ਸਾਡੇ, ਕਿਉਂਕਿ ਅਸੀਂ ਆਪੋਜੀਸ਼ਨ 'ਚ ਆਏ ਅਤੇ ਇਸ ਵਾਸਤੇ ਇਹਨੂੰ ਅਸੀਂ ਇਲੈਕਸ਼ਨ ਲੜਾਂਗੇ ਤੇ ਅਸੀਂ ਬਿਹਤਰ ਜਿੱਤ ਸਕਦੇ ਹਾਂ, ਅਤੇ ਅਲਹਮਦੁਲਿਲਾ ਅੱਲਾ ਨੇ ਮੇਰੀ ਵੀ ਇੱਜ਼ਤ ਰੱਖ ਲਈ, ਮੇਰੇ ਗਰੁੱਪ ਦੇ ਲੋਕਾਂ ਦੀ ਵੀ ਇੱਜ਼ਤ ਰੱਖ ਲਈ, ਮੇਰੀ ਪਾਰਟੀ ਦੀ ਵੀ ਇੱਜ਼ਤ ਰੱਖ ਲਈ, ਔਰ ਮੈਂ ਤੀਰ ਦੇ ਨਿਸ਼ਾਨ ਤੋਂ ਪੂਰੇ ਗਰੁੱਪ 'ਚੋਂ ਇਲੈਕਸ਼ਨ, ਕਿਉਂਕਿ ਉਸ ਵੇਲੇ ਜਿਹੜੇ ਇੱਥੇ ਇੱਕ ਸਟੇਟ ਮਿਨਿਸਟਰ ਸੀ ਉਹਨਾਂ ਦੇ ਨੁਮਾਇੰਦੇ 3 ਸੀਟਾਂ ਲੈ ਸਕੇ ਟੋਟਲ ਇਸ ਲਾਲਾ ਮੂਸਾ ਸ਼ਹਿਰ 'ਚ, ਔਰ ਪੀ ਟੀ ਆਈ ਦਾ ਬੜਾ ਰੌਲਾ ਸੀ ਅਤੇ ਉਹਨਾਂ 5 ਸੀਟਾਂ ਲਈਆਂ। ਫਿਰ ਇਹਨਾਂ ਰਲ ਕੇ ਜਿਸ ਟਾਈਮ ਧਰਨਾ ਦਿੱਤਿਆ ਇਮਰਾਨ ਖਾਨ ਸਾਹਿਬ ਨੂੰ ਉੱਥੇ ਆਪਣਾ ਕਿਨਾਏ ਇਸਲਾਮਾਬਾਦ, ਤੇ ਰਾਜਾ ਸਾਹਿਬ ਇਹਨਾਂ ਦੋਵੇਂ ਨੇ ਰਲ ਕੇ ਫਿਰ ਮੇਰੀ ਮੁਖਾਲਫਤ 'ਚ ਇਕੱਠੇ ਹੋ ਕੇ ਅਤੇ ਇਲੈਕਸ਼ਨ ਲੜਿਆ, ਅਤੇ ਫਿਰ ਅੱਲਾਹ ਤਾਲਾ ਮੈਨੂੰ ਚੇਅਰਮੈਨੀ ਦੇ ਵਿੱਚ ਜਿਹੜਾ ਕਾਮਯਾਬੀ ਦਿੱਤੀ, ਅਤੇ ਰੱਬ ਦੀਆਂ ਕਰਮਨਾਜ਼ੀਆਂ ਨੇ ਅਤੇ ਬਾਕੀ ਇਹ ਫੈਸਲੇ ਜਿਹੜੇ ਨੇ ਇਹ ਬਜ਼ੁਰਗਾਂ ਕੋਲ ਨੇ, ਉਹ ਕਹਿ ਦੇਣ ਨਹੀਂ ਲੜਨਾ ਨਹੀਂ ਲੜਨਾ, ਉਹਨਾਂ ਕਹਿਣਾ ਲੜਨਾ ਅਤੇ ਲੜਨਾ, ਚਾਹੇ ਉਹਦੇ ਵਿੱਚ ਹਾਰ ਹੋਵੇ ਚਾਹੇ ਜਿੱਤ। ਸਰ ਤੁਸੀਂ ਜੇਲ੍ਹ ਦੇ ਵਿੱਚ ਸੋ ਤੁਹਾਡੇ ਬੜਾ ਅਰੂਸ ਸੀ, ਉਸਦੇ ਬਾਵਜੂਦ ਤੁਹਾਡੀ ਤੁਸੀਂ ਜੇਲ੍ਹ 'ਚ ਵੀ ਸੋ ਸਿਆਸੀ ਮੁਹਾਲਫੀਨ ਦੇ ਬੜਾ ਅਰੂਜ ਵੀ ਸੀ, ਉਸਦੇ ਬਾਵਜੂਦ ਤਹਿਸੀਲ ਖਾਰੀਆਂ ਦੀ ਚੇਅਰਮੈਨੀ ਦੀ ਭਾਗੇ ਜਿਹੜੀ ਤੁਹਾਡੇ ਸਿਰ ਤੇ ਨਾਪ੍ਰਸਤ ਔਰ ਮਜ਼ਦੂਰ ਲੋਕਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਜਿਹਨਾਂ ਨੂੰ ਇਹ ਪਤਾ ਸੀ ਕਿ ਇਹ ਜਿਹੜਾ ਸ਼ਖਸ ਜਿਹਦਾ ਨਾਂ ਨਦੀਮ ਅਸਗਰ ਕਹਿ ਰਿਹਾ ਹੈ ਇਹ ਬੇਬਸ ਆਦਮੀ, ਇਹਦੇ ਕੋਲ ਇਹ ਇੱਕ ਸਿਪਾਹੀ ਦਾ ਤਬਾਦਲਾ ਨਹੀਂ ਕਰਾ ਸਕਦਾ, ਇਹ ਕਿਸੇ ਥਾਣੇ ਦੇ ਵਿੱਚੋਂ ਜਿਹੜੀ ਕਿਸੇ ਰਸਮੋ ਰਿਵਾਜ ਦੇ ਮੁਤਾਬਕ ਥਾਣੇ 'ਚੋਂ ਬੰਦਾ ਨਹੀਂ ਉਠਵਾ ਸਕਦਾ, ਤੁਹਾਨੂੰ ਕੋਈ ਨੌਕਰੀ ਨਹੀਂ ਲੈ ਕੇ ਦੇ ਸਕਦਾ, ਕੋਈ ਕੁਝ ਨਹੀਂ ਕਰ ਸਕਦਾ, ਲੇਕਿਨ ਉਸ ਵੇਲੇ ਬੇਫਸ ਆਦਮੀ ਦੇ ਨਾਲ ਤਹਿਸੀਲ ਖਾਰੀਆਂ ਦੇ ਗਜ਼ੂਰ ਔਰ ਗੈਰਤਮੰਦ ਲੋਕ ਖਲੋ ਗਏ, ਗੈਰਤਮੰਦ ਨੁਮਾਇੰਦੇ ਖਲੋ ਗਏ, ਜਿਸ ਵਜ੍ਹਾ ਤੋਂ ਅੱਲਾਹ ਤਾਲਾ ਮੇਰੇ 'ਤੇ ਮਿਹਰਬਾਨੀ। ਦੁਬਾਰਾ ਰਿਪੀਟ ਕਰ ਦਿਓ ਤੇ ਦੁਹਰਾ ਦਿਓ ਤੇ ਚੰਗਾ ਹੋਵੇ। ਤੁਹਾਡਾ ਸਵਾਲ ਪੁੱਛਿਆ ਮੁਹੰਮਦ ਯੂਸਫ ਸਾਹਿਬ ਨੇ ਕਿ ਚੌਧਰੀ ਸਾਹਿਬ ਜੀ ਇਹ ਦੱਸੋ ਕਿ ਸਿਆਸਤਦਾਨ ਸੱਚ ਨੂੰ ਸੱਚ ਨਹੀਂ ਕਹਿੰਦੇ, ਹਰ ਪਾਰਟੀ ਆਪਣੇ ਆਪਣੇ ਲੀਡਰਾਂ ਦਾ ਦਫਾ ਕਰਦੀ ਹੈ, ਕਾਇਰ ਕੇ ਝੂਠੇ ਨੂੰ ਝੂਠੇ ਝੂਠਾ ਹੀ ਕਹਿਣਾ ਚਾਹੀਦਾ ਹੈ, ਐਸੇ ਵਜ੍ਹਾ ਤੋਂ ਸਾਡਾ ਜਿਹੜਾ ਮੁਲਕ ਹੈ ਉਹ ਪਿੱਛੇ ਜਾ ਰਿਹਾ ਤੇ ਕਰਜ਼ਾ ਵੱਧਦਾ ਜਾ ਰਿਹਾ, ਕੀ ਕਹੋ?
ਰਾਜ ਸਾਹਿਬ ਪਹਿਲੀ ਗੱਲ ਤੇ ਕਿ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਬਦਕਿਸਮਤੀ ਇਸ ਗੱਲ ਦੀ ਹੈ ਕਿ ਨਾ ਅਸੀਂ ਦੂਜੇ ਉੱਤੇ ਬਿਲਾ ਜਵਾਬ ਜਿਹੜਾ ਉਸਦਾ ਮਾਤ ਲਾ ਲੈਂਦੇ ਹਾਂ। ਦੇਖੋ ਨਾ ਬਾਹਰ ਦੇ ਮੁਆਸ਼ਰਿਆਂ ਦੇ ਜਿਹੜਾ ਮਾਤ ਲਾਈਏ ਤੇ ਉਸੇ ਵੇਲੇ ਤੁਹਾਨੂੰ ਕੋਰਟ ਵਿੱਚ ਲੈ ਕੇ ਜਾਂਦੇ ਨੇ ਤੇ ਟਿਕਾ ਕੇ ਫਾਈਨ ਹੁੰਦਾ ਹੈ। ਬ੍ਰੌਡਸ਼ੀਟ ਵਿੱਚ ਦੇਖਿਆ ਜੇ ਨਾ ਕਿੱਡਾ ਵੱਡਾ ਫਾਈਨ ਹੋਇਆ ਪਾਕਿਸਤਾਨ ਨੂੰ। ਇਸੇ ਤਰ੍ਹਾਂ ਉੱਥੇ ਜ਼ਰੂਰਤ ਨਹੀਂ ਕਰਦੇ ਸਾਡੇ ਕਿਸੇ ਮੁਆਸ਼ਰੇ ਦੇ ਵਿੱਚ ਸਭ ਤੋਂ ਸੌਖਾ ਜਿਹੜਾ ਕੰਮ ਹੈ ਉਹ ਕਿਸੇ ਦੇ ਕਿਰਦਾਰ ਦੇ ਉੱਤੇ ਇਲਜ਼ਾਮ ਲਾਉਣਾ ਹੁੰਦਾ ਹੈ ਤੇ ਨਾਲੇ ਜਿਸ ਤਰ੍ਹਾਂ ਤੁਸੀਂ ਆਪਣੀਆਂ ਜਮਾਤਾਂ 'ਚ ਬੈਠੇ ਹੁੰਦੇ ਹੋ ਆਪਣੀਆਂ ਜਮਾਤਾਂ ਦਾ ਮੌਕਫ ਬਿਆਨ ਕਰਨਾ ਉਹ ਕੁਝ ਤੁਹਾਡਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਕਿਸੇ ਝੂਠੇ ਅਤੇ ਕਿਸੇ ਗਲਤ ਆਦਮੀ ਦਾ ਦਿਫਾ ਕਰ ਰਹੇ ਹੋ। ਆਪਣੀ ਜਮਾਤ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਉਹਦੇ 'ਤੇ ਇਲਜ਼ਾਮਾਤ ਹੁੰਦੇ ਨੇ ਉਹਦਾ ਦਿਫਾ ਕਰਨਾ ਮੈਂ ਤੁਹਾਨੂੰ ਨਾ ਹਰ ਕਾਰਕੁਨ ਦਾ ਹਰ ਲੀਡਰ ਦਾ ਹੱਕ ਹੁੰਦਾ। ਨਾਰਾ ਸੀ ਕਿ ਨੌਜਵਾਨ ਨੇ ਜਿਹੜੇ ਪਾਕਿਸਤਾਨ ਦਾ ਸਰਮਾਇਆ ਨੇ ਤੇ ਤੁਹਾਡੀ ਜਿੰਨਾ ਕੁ ਸਵਾਲ ਸਮਝ ਸਕਿਆ। ਪ੍ਰੋਬਲਮ ਇਹ ਆ ਰਹੀ ਹੈ ਕਿ ਤੁਹਾਡੀ ਮੈਨੂੰ ਆਵਾਜ਼ ਦੀ ਥੋੜੀ ਜਿਹੀ ਨਹੀਂ ਨਾ ਦੇਖੋ ਇਮਰਾਨ ਖਾਨ ਸਾਹਿਬ ਨੂੰ ਇਸ ਉਮਰ ਦੇ ਵਿੱਚ ਅਗਰ ਬਿਲਾਵਲ ਸਾਹਿਬ ਟਿਪਸ ਦੇਣਗੇ ਨਾ ਤੇ ਇਮਰਾਨ ਖਾਨ ਸਾਹਿਬ ਦੇ ਤੇ ਅਸਰ ਨਹੀਂ ਹੋਣਾ ਕਿਉਂਕਿ ਉਮਰ ਦੇ ਉਸ ਹਿੱਸੇ 'ਚ ਤੁਰ ਗਏ ਨੇ। ਉਸ ਉਮਰ ਦੇ ਹਿੱਸੇ 'ਚ ਜਿਹੜਾ ਬੰਦਾ ਟੁਰ ਜਾਂਦਾ ਉਹ ਕਿਸੇ ਦੀ ਨਸੀਹਤ 'ਤੇ ਲੈ ਨਹੀਂ ਸਕਦਾ ਕਿਉਂਕਿ ਇਮਰਾਨ ਖਾਨ ਸਾਹਿਬ 105 ਜੂਨ ਤੱਕ ਮੀਡੀਆ ਦੇ ਉੱਤੇ ਉਹਨਾਂ ਦੇ 105 ਯੂ ਟਰਨ ਜਿਹੜੇ ਨੇ ਉਹ ਮੌਜੂਦ ਨੇ। ਜਿਹੜੇ ਚੈੱਕ ਨੂੰ 105 ਯੂ ਟਰਨ ਲੈਂਦਿਆਂ ਹੋਇਆ ਇਹ ਨਹੀਂ ਸੋਚ ਆਈ ਤਾਂ ਉਹ ਬਿਲਾਵਲ ਸਾਹਿਬ ਦੇ ਟਿਪਸ ਦੇ ਉੱਤੇ ਅਮਲ ਕਰ ਲਏਗਾ। ਅੱਛਾ ਚੌਧਰੀ ਸਾਹਿਬ ਇਹ ਦੱਸੋ ਕਿ ਵਜ਼ੀਰ ਆਲਾ ਪੰਜਾਬ ਨੇ ਜਿਹੜੇ ਕਿਹੜੇ ਟਿਪਸ ਲੈਣ ਮੁਰਾਦ ਅਲੀ ਸ਼ਾਹ ਸਾਹਿਬ ਕੋਲੋਂ ਤੇ ਪੰਜਾਬ ਦੀ ਪਰਫਾਰਮੈਂਸ ਹੈ ਜਿਹੜੀ ਬਿਹਤਰ ਕਰ ਸਕਦੇ ਕੀ ਆਖਿਆ ਜਨਾਬ ਨਜ਼ਰ ਦਰਵਾ ਦੇ ਇਹਨਾਂ ਇੱਕ ਵਾਰੀ ਸਵਾਲ ਸਾਡੇ ਅਸਲ ਪ੍ਰੋਬਲਮ ਮੈਨੂੰ ਆਵਾਜ਼ ਦਾ ਪਿਆ ਹੁੰਦਾ ਮੈਂ ਮਾਦਰਤ ਚਾਹ ਰਹੀ ਬਾਰ ਬਾਰ ਸਾਡੇ ਨਹੀਂ ਨੋ ਪ੍ਰੋਬਲਮ ਸਰ ਟੈਕਨੀਕਲ ਮਸਲੇ ਬਣ ਜਾਂਦੇ ਨੇ। ਇਹ ਦੱਸੋ ਸਾਡੇ ਜਿਹੜੇ ਵਜ਼ੀਰ ਆਲਾ ਪੰਜਾਬ ਨੇ ਉਸਮਾਨ ਗੁਲਜ਼ਾਰ ਸਾਹਿਬ ਕਿਹੜੀਆਂ ਚੀਜ਼ਾਂ ਸਿੱਖ ਸਕਦੇ ਨੇ ਤੁਹਾਡੇ ਵਜ਼ੀਰ ਆਲਾ ਸਿੰਧ ਮੁਰਾਦ ਅਲੀ ਸ਼ਾਹ ਸਾਹਿਬ ਕੋਲ? ਦੇਖੋ ਪਹਿਲੀ ਤੇ ਗੱਲ ਇਹ ਕਿ ਮੁਰਾਦ ਅਲੀ ਸ਼ਾਹ ਇੰਤਹਾਈ ਪੜ੍ਹਿਆ ਲਿਖਿਆ ਬੰਦਾ ਹੈ। ਗੁਲਜ਼ਾਰ ਸਾਹਿਬ ਵੀ ਮਾਸ਼ਾਅੱਲਾ ਲਾਅ ਕੀਤੇ ਹੈ ਇਹ ਨਹੀਂ ਹੈ, ਲੇਕਿਨ ਗੱਲ ਇਹ ਕਿ ਅੱਲਾਹ ਤਾਲਾ ਨੇ ਕੋਈ ਬੰਦਿਆਂ ਦੀ ਟ੍ਰੇਨਿੰਗ ਕੀਤੀ ਹੁੰਦੀ ਹੈ। ਮੁਰਾਦ ਅਲੀ ਸ਼ਾਹ ਦਾ ਵਜ਼ੀਰ ਆਲਾ ਰਿਹਾ, ਮੁਰਾਦ ਅਲੀ ਸ਼ਾਹ ਆਪ ਫਾਈਨਾਂਸ ਮਿਨਿਸਟਰ ਵੀ ਰਿਹਾ, ਬੜੇ ਵਾਰੀ MP MLA ਵੀ ਬਣਿਆ, ਤਹਿਸੀਲ ਨਾਜ਼ਮ ਵੀ, ਜ਼ਿਲ੍ਹੇ ਦਾ ਵੀ ਜਿਹੜਾ ਉਹ ਮੈਂਬਰ ਵੀ ਤੇ ਨਾਜ਼ਮ ਵੀ ਬਣਿਆ, ਉਹਦੀ ਟ੍ਰੇਨਿੰਗ ਹੋਈ ਹੈ। ਬੁਜ਼ਦਾਰ ਸਾਹਿਬ ਨੂੰ ਮੈਂ ਡਿਸਕ੍ਰੈਡਿਟ ਨਹੀਂ ਕਰਾਂਗਾ ਇਸ ਗੱਲੇ ਕਿ ਅੱਲਾਹ ਤਾਲਾ ਨੇ ਇੱਕ ਬੰਦਾ ਤਹਿਸੀਲ ਨਾਜ਼ਮ ਸਿੰਘ ਨੂੰ ਚੁੱਕ ਕੇ ਤੇ ਪੰਜਾਬ ਦਾ ਸਭ ਤੋਂ ਵੱਡੇ ਸੂਬੇ ਦਾ ਵਜ਼ੀਰ ਆਲਾ ਬਣਾ ਦਿੱਤਾ ਤੇ ਇਹ ਉਹਨਾਂ ਦੀ ਕਰਮ ਨਵਾਜ਼ੀ ਹੈ। ਬਾਕੀ ਉਹਦੀ ਕਾਬਲੀਅਤ ਉਹ ਉਸ ਅਹੁਦੇ ਤੇ ਬੈਠ ਗਿਆ, ਉਹ ਉਹਨੇ ਆਪਣੀ ਕਾਬਲੀਅਤ ਸ਼ੋ ਕਰਨੀ। ਮੈਂ ਅੱਜ ਤੁਹਾਨੂੰ ਇੱਕ ਵਾਕਿਆ ਸੁਣਾ ਦਿੰਦਾ। ਮੈਂ ਜਦੋਂ ਤਹਿਸੀਲ ਨਾਜ਼ਮੀ ਦੀ ਹੈਸੀਅਤ ਨਾਲ ਪਹਿਲੇ ਦਿਹਾੜੇ ਬੈਠਾ ਤੇ ਇੱਕ ਅਫਸਰ ਨੇ ਆਖਿਆ ਇਹੋ ਜਿਹੇ ਬੰਦੇ ਵੀ ਤਹਿਸੀਲ ਨਾਜ਼ਮ ਬਣ ਗਏ ਨੇ, ਇਹ ਕਿਸ ਤਰ੍ਹਾਂ ਚੱਲਣਗੇ? ਤੇ ਫਿਰ ਵਕਤ ਨੇ ਸਾਬਤ ਕੀਤਾ ਕਿ ਉਹ ਅਫਸਰ ਜਿਹੜੇ ਨੇ ਉਹ ਸਾਡੀ ਕਾਬਲੀਅਤ ਦੀਆਂ ਵੀ ਗੱਲਾਂ ਕਰਨ ਲੱਗ ਪਏ। ਤੇ ਮੈਂ ਸਮਝਣਾ ਬੁਜ਼ਦਾਰ ਨੂੰ ਅੱਲਾਹ ਨੇ ਕਰਮ ਕੀਤਾ ਔਰ ਜਿਹੜਾ ਅੱਲਾਹ ਦਾ ਕਰਮ ਹੈ, ਬਾਕੀ ਅੱਲਾਹ ਦੇ ਕਰਮ ਤੋਂ ਬਾਅਦ ਉਹਨੂੰ ਆਪਣੀਆਂ ਸਲਾਹਿਤਾਂ ਨੂੰ ਉਜਾਗਰ ਕਰਨਾ ਚਾਹੀਦਾ। ਉਹ ਮੌਕਾ ਅੱਲਾਹ ਨੇ ਉਹਨੂੰ ਉਹ ਇਖਤਿਆਰ ਉਹਦੇ ਕੋਲ ਹੀ ਹੈ ਜੀ। ਤੇ ਸਿੱਖਦਾ ਤੇ ਫਿਰ ਬੰਦਾ ਰਹਿੰਦਾ ਹੀ ਹੈ, ਤੇ ਜੇ ਬੰਦੇ ਨੂੰ ਐਡਾ ਫਜ਼ਲ ਹੋਵੇ ਤੇ ਮੈਂ ਸਮਝਣਾ ਉਹਨੂੰ ਜ਼ਿਆਦਾ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਸਰ ਮਾਸ਼ਾਅੱਲਾ ਤੁਹਾਡਾ ਖਾਨਦਾਨ ਹੈ ਜਿਹੜਾ ਪਾਕਿਸਤਾਨ ਪੀਪਲ ਪਾਰਟੀ ਦਾ ਬੜਾ ਦੇਰੀਨਾ ਤੇ ਮੁਖਲਸ ਸਾਥੀ ਹੈ, ਇਹ ਪੰਜਾਬ ਦੇ ਵਿੱਚ ਪਾਕਿਸਤਾਨ ਪੀਪਲ ਪਾਰਟੀ ਜਿਹੜੀ ਕਿਉਂ ਜ਼ਵਾਲ ਦਾ ਸ਼ਿਕਾਰ ਹੈ? ਕੋਈ MPA ਨਹੀਂ, ਕੋਈ MNA ਨਹੀਂ, ਇਹ ਕੀ ਹੋ ਰਿਹਾ? ਦੇਖੋ ਸਰ, ਇਹ ਜਮਾਤਾਂ ਦੇ ਉੱਤੇ ਫਰਕ ਆਉਂਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਦੇਖੋ ਇੱਕ ਜਮਾਤ ਦੇ ਉੱਤੇ 43-44 ਸਾਲਾਂ ਤੋਂ
ਮੁਸਲਸਲ ਉਹਦੇ ਸਾਥੀਆਂ ਨੂੰ ਤਰੋੜਿਆ ਜਾਂਦਾ ਹੈ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਦੇਖੋ ਨਾ, ਭੱਟੋ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਇਸੇ ਗੱਲ ਤੇ ਸ਼ਹੀਦ ਕੀਤਾ ਗਿਆ ਕਿ ਉਸ ਤੋਂ ਬਾਅਦ ਉਸ ਘਰਾਣੇ ਦੇ ਵਿੱਚ ਕੋਈ ਬੰਦਾ ਨਹੀਂ ਪੈਦਾ ਹੋ ਸਕਦਾ, ਕਿਉਂਕਿ ਇੱਕ ਨੁਸਰਤ ਭੁੱਟੋ ਸਾਹਿਬ ਪਾਸੇ। ਉਹ ਸਮਝਦੇ ਸੀ ਇਰਾਨੀ ਔਰਤ ਤੇ ਇਸ ਇਰਾਨੀ ਔਰਤ ਨੇ ਕੀ ਕੰਟਰੋਲ ਕਰਨਾ ਹੈ, ਇਹਦਾ ਕੀ ਹੋਣਾ ਹੈ। ਲੇਕਿਨ ਉਹਨਾਂ ਨੇ ਆਪਣੀਆਂ ਸਲਾਹਿਤਾਂ ਦੇ ਨਾਲ ਪਾਰਟੀ ਦੀ ਕਿਆਦਤ ਵੀ ਸਾਂਭੀ, ਆਪਣੇ ਬੱਚਿਆਂ ਦੀ ਤਾਲੀਮ ਵੀ ਬਿਹਤਰ ਕੀਤੀ, ਉਹਨਾਂ ਨੂੰ ਵੀ ਪਰਵਰਿਸ਼ ਵੀ ਬਿਹਤਰ ਕੀਤੀ, ਤੇ ਉਸ ਤੋਂ ਬਾਅਦ ਬੀਬੀ ਸ਼ਹੀਦ ਨੇ ਉਹਨਾਂ ਦੀ ਜਗ੍ਹਾ ਲੈ ਲਈ। ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਜਿਹੜੀ ਇਹ ਪਾਰਟੀ ਇੱਥੋਂ ਤੱਕ ਪਹੁੰਚੀ। ਤੇ ਤੁਸੀਂ ਦੇਖੋ ਨਾ, 88 ਵਿੱਚ ਪਾਰਟੀ ਨੂੰ ਇਕਤਦਾਰ ਲੱਭਾ, 93 ਵਿੱਚ ਪਾਰਟੀ ਨੂੰ ਇਕਤਦਾਰ ਲੱਭਾ, ਉਸ ਤੋਂ ਬਾਅਦ 2002 ਦੇ ਇਲੈਕਸ਼ਨ ਦੇ ਵਿੱਚ ਪੀਪਲਸ ਪਾਰਟੀ ਦੇ ਮੈਂਡੇਟ ਦੇ ਉੱਤੇ ਡਾਕਾ ਮਾਰਿਆ ਗਿਆ ਔਰ ਪੈਟਰੀਓਟ ਬਣਾ ਕੇ ਬੰਬੇ ਤੋੜ ਕੇ ਤੇ ਕਾਬ ਦਾ ਵਜ਼ੀਰ ਆਜ਼ਮ ਜਮਾਲੀ ਸਾਹਿਬ ਨੂੰ ਬਣਾ ਦਿੱਤਾ ਗਿਆ। ਠੀਕ ਹੈ, ਇਸੇ ਤਰ੍ਹਾਂ ਫਿਰ 2008 ਦੇ ਵਿੱਚ ਪੀਪਲਸ ਪਾਰਟੀ ਜਿਹੜੀ ਹੈ ਉਹ ਬਦਤਰੀਨ ਤਸ਼ੱਦਦ, ਬਦਤਰੀਨ ਹਾਲਾਤ, ਬਦਤਰੀਨ ਜਿਹੜੀ ਹੈ ਉਹਨਾਂ ਦੇ ਉੱਤੇ ਜਿਹੜਾ ਲੋਕਾਂ ਬੰਦਿਆਂ ਨੂੰ ਤੋੜਨ ਦੇ ਬਾਵਜੂਦ ਪੀਪਲਸ ਪਾਰਟੀ 2008 ਤੱਕ ਆਈ ਹੈ। ਇਹ ਲਾਦਾ ਗੱਲ ਹੈ। ਇਹ ਇਸ ਖਿੱਤੇ ਦੇ ਤੁਸੀਂ ਦੇਖ ਲਓ ਕਿ ਕਦੇ ਕਾਂਗਰਸ ਦਾ ਬੜਾ ਨਾਂ ਹੁੰਦਾ ਸੀ, ਅੱਜ ਕਾਂਗਰਸ ਨੂੰ ਕਿੰਨੇ ਅਰਸਾ ਹੋ ਗਿਆ ਕਿ ਕਾਂਗਰਸ ਜਿਹੜੀ ਉਹ ਇੰਡੀਆ ਦੇ ਵਿੱਚੋਂ ਨਹੀਂ ਜਿੱਤ ਰਹੀ। ਇਹ ਇਸੇ ਤਰ੍ਹਾਂ ਬੰਗਲਾਦੇਸ਼ ਦੀ ਪੋਲੀਟਿਕਸ ਨੂੰ ਦੇਖ ਸਕਦੇ ਹੋ, ਸ਼੍ਰੀਲੰਕਾ ਦੀ ਨੂੰ ਦੇਖ ਸਕਦੇ ਹੋ। ਤੇ ਮੈਂ ਸਮਝਦਾ ਕਿ ਇਹ ਸਾਡੇ ਤੇ ਆਏ ਆ ਵਕਤ, ਇਹਦੇ ਤੋਂ ਅਸੀਂ ਕਾਰੀ ਨਹੀਂ। ਲੇਕਿਨ ਅੱਜ ਵੀ ਤੁਸੀਂ ਦੇਖੋ ਕਿ ਇੱਕ ਸੂਬੇ ਦੇ ਵਿੱਚ ਸਾਡੀ ਹਕੂਮਤ ਹੈ, ਆਪੋਜੀਸ਼ਨ ਲੀਡਰ AJK ਚੱਸੀ ਆ, GB ਵਿੱਚ ਅਸੀਂ ਹਾਂ, ਆਪੋਜੀਸ਼ਨ ਲੀਡਰ ਦਾ ਰੋਲ ਅਸੀਂ ਵੀ ਅਦਾ ਕਰ ਰਹੇ ਹਾਂ। ਠੀਕ ਹੈ, ਔਰ ਹਰ ਸੈਨੇਟ ਦੇ ਵਿੱਚ ਸਾਡਾ ਬਿਹਤਰੀਨ ਰੋਲ ਰਿਹਾ, ਇਹ ਗੱਲ ਆਉਂਦਾ ਰਹਿੰਦਾ। ਅੱਜ ਅਸੀਂ ਪੰਜਾਬ ਦੇ ਖਿੱਤੇ ਦੇ ਵਿੱਚ ਸਾਡੇ ਚੰਦ ਸਾਥੀਆਂ ਨੇ ਸਾਡੇ ਨਾਲ ਜਾਤੀ ਕੀਤੀ, ਇਕਤਦਾਰ ਦੇ ਵੀ ਮਜ਼ੇ ਲਏ, ਇਕਤਦਾਰ ਦਾ ਹਿੱਸਾ ਵੀ ਰਹੇ, ਤੇ ਜਿਸ ਟਾਈਮ ਸਾਡੇ ਤੇ ਮੁਸ਼ਕਲ ਵੇਲਾ ਆਇਆ ਉਹ ਸਾਨੂੰ ਛੱਡ ਕੇ ਟੁਰ ਗਏ, ਜਿਸ ਵਜ੍ਹਾ ਤੋਂ ਇੱਕ ਖਲਾਅ ਪੈਦਾ ਹੋਇਆ। ਔਰ ਇਨਸ਼ਾਅੱਲਾ ਉਹ ਖਲਾਅ ਜਿਹੜਾ ਹੈ ਉਹ ਇਹਨਾਂ ਹੁਣ ਇਲੈਕਸ਼ਨ ਆਉਣਾ, ਉਹਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਫੁੱਲ ਨਜ਼ਰ ਆਵੇਗਾ ਕਿ ਅਸੀਂ ਖਲਾਅ ਨੂੰ ਪੂਰ ਕਰ ਲਿਆ ਸਾਰੇ। ਤੁਸੀਂ ਯਕੀਨ ਕਰਦੇ ਹੋ ਕਿ ਬਾਅਦ ਤੋਂ ਬਦਲਾਅ ਬੁਰਾ ਹੁੰਦਾ, ਇਸ ਗੱਲ ਨੂੰ ਪਾਣੀ ਦਿੰਦੇ ਹੋ ਕਹਿੰਦਾ ਸਾਹਿਬ? ਭਾਈ ਜੀ, ਮੈਨੂੰ ਆਵਾਜ਼ ਬਿਲਕੁਲ ਤੁਹਾਡੀ ਸਮਝ ਨਹੀਂ ਆਈ, ਕੀ ਤੁਸੀਂ ਮੈਨੂੰ ਕਿਹਾ? ਇਸ ਗੱਲ ਨੂੰ ਪਾਣੀ ਦਿੰਦੇ ਹੋ ਕਿ ਬਾਅਦ ਤੋਂ ਬਦਲਾਅ ਬੁਰਾ ਹੁੰਦਾ? ਸਰ, ਮੈਨੂੰ ਬਦਨਾਮ ਦੀ ਨਜ਼ਰ ਸਮਝ ਆਉਂਦੀ ਵੀ ਤੁਸੀਂ ਪੂਰਾ ਮੈਨੂੰ ਜ਼ਰਾ ਦੱਸੋਗੇ ਤੇ ਮੈਂ ਕੱਲ ਕਰ ਸਕਾਂਗਾ। ਅਸੀਂ ਇੰਜ ਕਰ ਲਿਆ, ਦੁਬਾਰਾ ਆਉਂਦੇ ਹਾਂ, ਮੈਂ ਪ੍ਰੋਗਰਾਮ ਡਿਸਕਨੈਕਟ ਕਰਨਾ ਕਿਉਂਕਿ ਆਵਾਜ਼ ਦਾ ਇਸ਼ੂ ਹੋ ਗਿਆ। ਮੈਂ ਦੁਬਾਰਾ ਤੁਹਾਨੂੰ ਲਿੰਕ ਸੈਂਡ ਕਰ ਕਰੋ ਕਰੋ ਕੱਲ ਥੋੜੀ ਜੀ ਬਿਹਤਰ ਹੋਈ ਆਵਾਜ਼, ਗੱਲ ਕਰੋ। ਅੱਛਾ, ਮੈਂ ਇਹ ਕਹਿ ਰਿਹਾ ਕਿ ਤੁਸੀਂ ਇਸ ਗੱਲ ਨੂੰ ਦਿੰਦੇ ਹੋ ਕਿ ਵੱਧ ਤੋਂ ਬਦਨਾਮ ਬੁਰਾ ਹੁੰਦਾ ਹੈ। ਦੇਖੋ, ਗੱਲ ਇਹ ਕਿ ਇਹ ਸਿਆਸਤ ਦੇ ਵਿੱਚ ਹਿੱਸਾ ਹੁੰਦਾ, ਸਿਆਸਤ ਦੇ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਆ। ਮੈਂ ਤੇ ਮੇਰੇ ਭਰਾ ਦੇ ਵਿੱਚ ਬੜਾ ਫਰਕ ਹੋ ਰਿਹਾ, ਮੇਰਿਆਂ ਟੱਬਰਾਂ ਦੇ ਵਿੱਚ, ਮੇਰਾ ਟੱਬਰ ਦੇ ਵਿੱਚ ਕੋਈ ਬੰਦੇ ਮੇਰੇ ਤੋਂ ਬਿਹਤਰ ਹੋਵਣ ਦੇ ਤੇ ਕੋਈ ਮੇਰੇ ਤੋਂ ਘੱਟ ਹੋਵਣ ਦੇ। ਇਹ ਇਸੇ ਤਰ੍ਹਾਂ ਜਮਾਤਾਂ ਦੇ ਵਿੱਚ ਅੱਛੇ ਔਰ ਬੁਰੇ ਦੋਵੇਂ ਬੰਦੇ ਮੌਜੂਦ ਹੁੰਦੇ ਨੇ, ਜਿਸ ਵਜ੍ਹਾ ਤੋਂ ਜਮਾਤਾਂ ਦੇ ਉੱਤੇ ਦਾਗ ਵੀ ਲੱਗਦੇ ਨੇ, ਤੇ ਜਮਾਤਾਂ ਦੇ ਵਿੱਚ ਉਸੇ ਕਿਰਦਾਰ ਦੀ ਵਜ੍ਹਾ ਤੋਂ ਜਮਾਤਾਂ ਜਿਹੜੀਆਂ ਨੇ ਉਹ ਪੰਜ ਪੰਜ ਇਲੈਕਸ਼ਨ ਜਿੱਤ ਜਾਂਦੀਆਂ ਨੇ, ਭੁੱਟੋ ਸਾਹਿਬ ਦੇ ਕਿਰਦਾਰ ਦੀ ਤੇ ਬੀਬੀ ਸ਼ਹੀਦ ਦੇ ਕਿਰਦਾਰ ਦੀ ਵਜ੍ਹਾ ਤੋਂ ਅੱਜ ਅਸੀਂ ਇਲੈਕਸ਼ਨ ਜਿੱਤੇ ਵੀ ਤੇ ਹਾਂ। ਜੀ ਜੀ, ਸਰਦਾਰੀ ਸਾਹਿਬ ਸਦਰ ਨਹੀਂ ਬਣੇ ਹਨ। ਦੇਖੋ ਨਾ, ਇਹ ਸਾਰਾ ਕਿਰਦਾਰ ਦੀ ਵਜ੍ਹਾ ਤੋਂ ਹੀ ਹੋਇਆ ਨਾ। ਇਸੇ ਤਰ੍ਹਾਂ ਜਮਾਤਾਂ ਦੇ ਉੱਤੇ ਭੈੜਾ ਤੇ ਚੰਗਾ ਵਕਤ ਆਉਂਦਾ ਰਹਿੰਦਾ ਹੈ, ਤੇ ਲੋਕ ਕਹਿ ਸਕਦੇ ਹੋ ਤੁਸੀਂ ਬਦ ਨਾਲੋਂ ਬਦਨਾਮ ਬੁਰਾ। ਜ਼ਰਦਾਰੀ ਸਾਹਿਬ ਨੇ ਕੀ ਸਮਝਦੇ ਹੋ, ਵਾਕਈ ਉਹਨਾਂ ਕਰਪਸ਼ਨ ਕੀਤੀ ਜਾਂ ਸਿਰਫ ਉਹਨਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ? ਵਾਹੀ ਉੱਡੀ। ਮੈਂ ਰਾਜ ਸਾਹਿਬ ਕਿਸੇ ਦੀ ਵਕਾਲਤ ਤੇ ਕੋਈ ਬੰਦਾ ਨਹੀਂ ਨਾ ਕਿਸੇ ਦੀ ਕਰ। ਜੀ ਜੀ, ਜ਼ਰਦਾਰੀ ਸਾਹਿਬ ਦੇ ਉੱਤੇ ਜਦੋਂ ਦਾ ਬੀਬੀ ਸ਼ਹੀਦ ਦੇ ਨਾਲ ਉਹਨਾਂ ਦਾ ਰਿਸ਼ਤਾ ਹੋਇਆ, 32 ਸਾਲ ਹੋ ਗਏ ਨੇ ਜੀ। 32 ਸਾਲਾਂ ਦੇ ਵਿੱਚ ਕਿਸੇ ਇੱਕ ਕੇਸ ਦੇ ਵਿੱਚ ਵੀ, ਇੱਕ ਕੇਸ ਦੇ ਵਿੱਚ ਵੀ ਉਹਨਾਂ ਨੂੰ ਸਜ਼ਾ ਨਹੀਂ ਹੋ ਸਕੀ। ਉਹਦੇ ਵਿੱਚ ਦੌਰ ਕਿਹਦਾ ਕਿਹਦੇ ਆਏ ਨੇ, ਇਸਾਕ ਖਾਨ ਬਦਤਰੀਨ ਮੁਖਾਲਫ ਆਇਆ, ਸਾਡਾ ਆਪਣੇ ਸਾਥੀ ਸਰਦਾਰ ਫਾਰੂਕ ਲਗਾਰੀ ਸਾਹਿਬ ਉਹ ਆਏ, ਉਸ ਤੋਂ ਬਾਅਦ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਦੌਰ ਆਇਆ, ਜਿਹਦਾ ਕਿ ਮੀਆਂ ਨਵਾਜ਼ ਕਿ ਬਈ ਅਸੀਂ ਜ਼ਰਦਾਰੀ ਸਾਹਿਬ ਦੇ ਨਾਲ ਤੇ ਬੀਬੀ ਸ਼ਹੀਦ ਦੇ ਨਾਲ ਤੇ ਪੀਪਲਸ ਪਾਰਟੀ ਦੀਆਂ ਕਾਰਕੁਨਾਂ ਨਾਲ ਜਾਤੀ ਕਰਦੇ ਰਹੇ ਹਾਂ। ਇਸੇ ਤਰ੍ਹਾਂ ਅਗਲਾ ਦੌਰ ਆ ਗਿਆ ਪਰਵੇਜ਼ ਮੁਸ਼ਰਫ ਦਾ, ਫਿਰ ਉਹ ਕਹਿੰਦਾ ਰਿਹਾ ਕਿ ਅਸੀਂ ਜਿਹੜਾ ਮੈਂ ਕਿਸੇ ਕਰਪਟ ਨੂੰ ਨਹੀਂ ਛੱਡਾਂਗਾ। ਜ਼ਰਦਾਰੀ ਸਾਹਿਬ ਨੂੰ ਜੇਲ੍ਹ 'ਚ 3-4 ਸਾਲ ਉਹਨਾਂ ਦੇ ਦੌਰ ਦੇ ਵਿੱਚ ਵੀ ਉਹ ਰਹੇ, 2004 ਤੋਂ 2005 'ਚ ਉਹਨਾਂ ਦੀ ਜ਼ਮਾਨਤ ਹੋਈ, ਜ਼ਰਦਾਰੀ ਸਾਹਿਬ ਦੀ
1999 ਚ ਮੁਸ਼ਰਫ ਸਾਹਿਬ ਆਏ ਤੇ ਲੇਕਿਨ ਜੀ ਕਾਇਰਾ ਸਾਹਿਬ ਤੁਹਾਡੀ ਆਵਾਜ਼ ਜਿਹੜੀ ਨਹੀਂ ਆ ਰਹੀ ਕੱਟ ਰਹੀ ਹੈ ਅਨਫੋਰਚੂਨੇਟਲੀ ਸਾਨੂੰ ਪ੍ਰੋਗਰਾਮ ਡਿਸਕਨੈਕਟ ਕਰਕੇ ਦੁਬਾਰਾ ਲਾਈਵ ਆਉਣਾ ਪੈਣਾ ਤੇ ਦੋਸਤੋ ਵੇਟ ਕਰੋ ਸ਼ਾਰਟ ਆਰਾਮ ਨੇ ਥੈਂਕ ਯੂ ਸੋਰੀ ਫਾਰ ਦ ਇੰਟਰਪਸ਼ਨ